ਪੰਜਾਬੀ ਕੋਚਿੰਗ ਚੈਨਲ ਦੇਖ ਰਹੇ ਸਾਰੇ ਸੁਹਿਲ ਸਖਿਆਰਤਿਆਂ ਦਾ ਹਾਰਦਿਕ ਸਵਾਗਤ ਦੋਸਤੋ ਅਸੀਂ UGC NET ਦੀ ਤਿਆਰੀ ਕਰ ਰਹੇ ਹਾਂ ਤੇ ਮੈਂ ਆਸ ਕਰਦੀ ਹਾਂ ਕਿ ਤੁਹਾਡੀ UGC NET ਦੀ ਤਿਆਰੀ ਬਹੁਤ ਨਿਠ ਕੇ ਚੱਲ ਰਹੀ ਹੋਊਗੀ ਤੇ ਮੇਰੇ ਦਿੱਤੇ ਸੁਝਾਵਾਂ ਅਨੁਸਾਰ ਵੀ ਜ਼ਰੂਰ ਚੱਲ ਰਹੀ ਹੋਊਗੀ ਕਿ ਤੁਸੀਂ ਆਪਣੀ ਪੜ੍ਹਾਈ ਨੂੰ ਵੱਖ-ਵੱਖ ਸ਼ੇਡਸ ਦੇ ਨਾਲ ਕਰ ਰਹੇ ਹੋਵੋਗੇ ਕੁਝ ਕਿਤਾਬਾਂ ਤੋਂ ਕੁਝ ਵੀਡੀਓਜ਼ ਤੋਂ ਤੇ ਕੁਝ ਆਪਣੀ ਦੁਹਰਾਈ ਦੇ ਨਾਲ ਤਾਂ ਅਸੀਂ ਜਿਹੜੀ ਲੜੀ ਸ਼ੁਰੂ ਕੀਤੀ ਹੋਈ ਹੈ ਉਹ ਸਾਡੇ ਪੰਜਾਬੀ ਦੇ ਚਿੰਤਕਾਂ ਦੀ ਲੜੀ ਹੈ ਆਲੋਚਕਾਂ ਦੀ ਲੜੀ ਹੈ ਇਸ ਤੋਂ ਪਹਿਲਾਂ ਅਸੀਂ 바ਵਾ ਬੋਧ ਸਿੰਘ ਬਾਰੇ ਇੱਕ ਡਿਟੇਲ ਲੈਕਚਰ ਇਸ ਚੈਨਲ ਤੇ ਪਾ ਚੁੱਕੇ ਆ ਤੇ ਮੈਂ ਆਸ ਕਰਦੀ ਆ ਕਿ ਤੁਸੀਂ 바ਵਾ ਬੋਧ ਸਿੰਘ ਨੂੰ ਜ਼ਰੂਰ ਸੁਣ ਪੜ ਦੇਖ ਲਿਆ ਹੋਊਗਾ ਤਾਂ ਅਸੀਂ ਉਸੇ ਲੜੀ ਨੂੰ ਨਿਰੰਤਰ ਕਰਨ ਦੇ ਲਈ ਅਗਲਾ ਆਲੋਚਕ ਤੇ ਚਿੰਤਕ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਤਾਂ ਅੱਜ ਅਸੀਂ ਗੱਲਬਾਤ ਕਰਾਂਗੇ ਸੰਤ ਸਿੰਘ ਸੇਖੋਹਰਾਂ ਦੀ ਤੁਸੀਂ ਵਾਈਟ ਬੋਰਡ ਤੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਲਿਖਿਆ ਹੋਇਆ ਪੜ ਲਿਆ ਹੋਣਾ ਹੈ ਬਹੁਤ ਸਾਰੇ ਦੋਸਤਾਂ ਨੂੰ ਆਲੋਚਕਾਂ ਦੀਆਂ ਵਿਚਾਰਧਾਰਾਵਾਂ ਦੇ ਵਿੱਚ ਆਲੋਚਕਾਂ ਦੀਆਂ ਕਿਤਾਬਾਂ ਦੇ ਵਿੱਚ ਜਾਂ ਉਹਨਾਂ ਨੇ ਕੀ ਕੰਮ ਕੀਤਾ ਕਿਸ ਖੇਤਰ ਦੇ ਵਿੱਚ ਕੰਮ ਕੀਤਾ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਕਨਫਿਊਜ਼ਰ ਰਹਿੰਦੀ ਹੈ ਤੇ ਜਿਹੜੀ ਇਹ ਲੜੀ ਅਸੀਂ ਸ਼ੁਰੂ ਕੀਤੀ ਹੈ ਇਹਦੇ ਵਿੱਚ ਤੁਹਾਡੇ ਨਾਲ ਇੱਕ ਵਾਅਦਾ ਅਸੀਂ ਕਰਦੇ ਹਾਂ ਤੇ ਇਹ ਗਰੰਟੀ ਲੈਣੇ ਇਸ ਗੱਲ ਦੀ ਕਿ ਇਸ ਲੜੀ ਨਾਲ ਤੁਹਾਨੂੰ ਹਰੇਕ ਆਲੋਚਕ ਦੀ ਵਿਚਾਰਧਾਰਾ ਉਹਦੇ ਕੰਮ ਕਰਨ ਦਾ ਖੇਤਰ ਉਸ ਦੀਆਂ ਕਿਤਾਬਾਂ ਤੇ ਇਸ ਤੋਂ ਇਲਾਵਾ ਕਿਤਾਬਾਂ ਦੇ ਵਿੱਚ ਉਸਨੇ ਲਿਖਿਆ ਕੀ ਇਹਦੇ ਬਾਰੇ ਵੀ ਬਹੁਤ ਹੱਦ ਤੱਕ ਸਪਸ਼ਟ ਹੋ ਜਾਊਗਾ ਤਸ ਸੰਤ ਸਿੰਘ ਸੇਖੋਂ ਜਿਹੜੇ ਐ ਉਹ ਕਿਸ ਗੱਲੋਂ ਇੰਪੋਰਟੈਂਸ ਰੱਖਦੇ ਆ ਪੰਜਾਬੀ ਸਾਹਿਤ ਦੀ ਆਲੋਚਨਾ ਦੇ ਵਿੱਚ ਇਸ ਦੀ ਅਸੀਂ ਅੱਜ ਗੱਲਬਾਤ ਕਰਾਂਗੇ ਨਾਲ ਦੀ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੀ ਵਿਚਾਰਧਾਰਾ ਬਾਰੇ ਤੇ ਉਹਨਾਂ ਨੇ ਕਿਹੜੀਆਂ-ਕਿਹੜੀਆਂ ਮਹੱਤਵਪੂਰਨ ਟਿੱਪਣੀਆਂ ਆਪਣੇ ਸਮਕਾਲੀ ਸਾਹਿਤਕਾਰਾਂ ਬਾਰੇ ਇਸ ਤੋਂ ਇਲਾਵਾ ਸਾਡੇ ਪੁਰਾਣੇ ਸਾਹਿਤਕਾਰਾਂ ਬਾਰੇ ਕੀਤੀਆਂ ਤੇ ਉਹਨਾਂ ਦੀ ਅੱਜ ਵੀ ਕਿੰਨੀ ਮਹੱਤਤਾ ਸਾਡੀ ਸਾਹਿਤ ਵਿਚਾਰੋਚਨਾ ਦੇ ਖੇਤਰ ਦੇ ਵਿੱਚ ਪਈ ਹੈ ਇਸ ਗੱਲ ਨੂੰ ਅਸੀਂ ਜਾਣਾਂਗੇ ਤਾ ਸੰਸਿੰਗ ਸੇਖੋਂ ਬਾਰੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਦੇ ਜੀਵਨ ਬਾਰੇ ਥੋੜਾ ਜਿਹਾ ਜਾਣ ਲੈਣੇ ਆ ਕਿ ਉਹਨਾਂ ਦਾ ਜਨਮ ਕਦੋਂ ਹੋਇਆ ਤੇ ਉਹਨਾਂ ਦੀ ਪੜ੍ਹਾਈ ਕਿਹੜੀ-ਕਿਹੜੀ ਸੀ ਤਾਂ ਉਹਨਾਂ ਦਾ ਜਨਮ ਜਿਹੜਾ ਹੈ ਉਹ 31 ਮਈ 31 ਮਈ 1908 ਨੂੰ ਤਾਂ ਤੁਸੀਂ ਯਾਦ ਰੱਖ ਸਕਦੇ ਹੋ ਕਿ ਠੀਕ ਭਗਤ ਸਿੰਘ ਦੇ ਜਨਮ ਸਾਲ ਤੋਂ 1 ਸਾਲ ਬਾਅਦ ਇਹਨਾਂ ਦਾ ਜਨਮ ਹੁੰਦਾ ਹੈ ਦੋਸਤੋ ਜਨਮ ਤਰੀਕ ਦੀ ਗੱਲ ਕਰਨ ਦਾ ਮੇਰਾ ਮਕਸਦ ਇੱਥੇ ਤਾਂ ਹੈ ਕਿਉਂਕਿ ਜਿਹੜਾ ਪੰਜਾਬੀ ਯੂਜੀਸੀ ਨੈਟ ਦਾ ਪੇਪਰ ਹੈ ਉਹਦੇ ਵਿੱਚ ਕਈ ਵਾਰ ਤੁਹਾਨੂੰ ਸਾਹਿਤਕਾਰਾਂ ਦੇ ਨਾਮ ਦੇ ਕੇ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਕਰਮਵਾਰ ਲਾਓ ਜੀਵਨ ਕਾਲ ਅਨੁਸਾਰ ਤਾਂ ਜੇਕਰ ਤੁਹਾਨੂੰ ਸਾਹਿਤਕਾਰ ਦਾ ਜਨਮ ਸਾਲ ਪਤਾ ਹੋਊਗਾ ਤਾਂ ਤੁਸੀਂ ਉਹਨਾਂ ਨੂੰ ਬਹੁਤ ਆਸਾਨੀ ਨਾਲ ਕਰਮਵਾਰ ਕਰ ਸਕਦੇ ਹੋ ਜੇ ਤੁਹਾਨੂੰ ਬਾਬਾ ਬੁੱਧ ਸਿੰਘ ਤੇ ਸੰਤ ਸਿੰਘ ਸੇਖੋਂ ਦੇ ਵਿੱਚੋਂ ਪਤਾ ਹੈ ਕਿ ਕੌਣ ਵੱਡਾ ਸੀ ਤਾਂ ਹੀ ਤੁਸੀਂ ਉਹਨਾਂ ਨੂੰ ਉੱਪਰ-ਨੀਚੇ ਕਰਕੇ ਤੇ ਉਹਨਾਂ ਦਾ ਆਨਸਰ ਸਹੀ ਲਾ ਸਕਦੇ ਹੋ ਤੇ ਦੂਜਾ ਮਾਸਟਰ ਕੇਡਰ ਦੇ ਪੇਪਰ ਵਿੱਚ ਵੀ ਜਨਮ ਤਰੀਖ ਦੀ ਬਹੁਤ ਮਹੱਤਤਾ ਹੈ ਕਿਉਂਕਿ ਮਾਸਟਰ ਕੈਡਰ ਦੇ ਪੇਪਰ ਵਿੱਚ ਇੱਕ ਜਾਂ ਦੋ ਪ੍ਰਸ਼ਨ ਕਿਸੇ ਲੇਖਕ ਸਾਹਿਤਕਾਰ ਚਿੰਤਕ ਦੀ ਜਨਮ ਮਿਤੀ ਦੇ ਨਾਲ ਸੰਬੰਧਿਤ ਸਿੱਧੇ ਪੇਪਰ ਦੇ ਵਿੱਚ ਪਏ ਹੁੰਦੇ ਆ ਤਾਂ ਇਸ ਕਰਕੇ ਮੈਂ ਤੁਹਾਨੂੰ ਇਹ ਤਾਕੀਦ ਕਰੂੰਗੀ ਕਿ ਤੁਸੀਂ ਜਿਹੜੇ ਸਾਡੇ ਚਿੰਤਕ ਹੈ ਆਲੋਚਕ ਹੈ ਜਾਂ ਸਾਹਿਤਕਾਰ ਆ ਬਹੁਤ ਗਿਣਵੇਂ ਚਣਵੇਂ ਆ ਬਹੁਤ ਵੱਡਾ ਖਲਾਰਾ ਨਹੀਂ ਹੈ ਪੰਜਾਬੀ ਦਾ ਇੰਗਲਿਸ਼ ਵਾਲਿਆਂ ਨਾਲੋਂ ਤਾਂ ਬਹੁਤ ਹੀ ਘੱਟ ਸਾਡਾ ਕਿਉਂਕਿ ਜੀਓਗ੍ਰਾਫੀਕਲ ਏਰੀਆ ਛੋਟਾ ਹੈ ਇਸ ਕਰਕੇ ਸਾਡੇ ਲੇਖਕ ਵੀ ਘੱਟ ਹੀ ਆ ਇਸ ਕਰਕੇ ਤੁਹਾਨੂੰ ਉਨ੍ਹਾਂ ਦੀਆਂ ਜਨਮ ਤਰੀਕਾਂ ਕਿਸੇ ਵੀ ਮਰਜ਼ੀ ਤਰੀਕੇ ਨਾਲ ਯਾਦ ਕਰੋ ਤੁਹਾਨੂੰ ਕਰ ਲੈਣੀਆਂ ਚਾਹੀਦੀਆਂ ਤਾਂ ਸੰਤ ਸਿੰਘ ਸੇਖੋ ਦਾ ਜਨਮ ਹੁੰਦਾ ਹੈ 31 ਮਈ 1908 ਈਸਵੀ ਨੂੰ ਸੰਤ ਸਿੰਘ ਸੇਖੋ ਹੋਰਾਂ ਦੀ ਪੜ੍ਹਾਈ ਬਾਰੇ ਜੇਕਰ ਅਸੀਂ ਗੱਲਬਾਤ ਕਰੀਏ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਕੀਤੀ ਹੋਈ ਸੀ ਐਮਏ ਅਰਥਸ਼ਾਸਤਰ ਤੁਸੀਂ ਨੋਟ ਕਰ ਲੈਣਾ ਮਾਸਟਰ ਕੈਡਰ ਦੇ ਪੇਪਰ 'ਚ ਇਹੋ ਜਿਹੇ ਨਿੱਕੇ-ਨਿੱਕੇ ਪ੍ਰਸ਼ਨ ਵੀ ਆ ਜਾਂਦੇ ਆ ਕਿ ਪੰਜਾਬੀ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਸਾਹਿਤਕਾਰ ਆ ਜਿਸ ਨੇ ਅਰਥ ਸ਼ਾਸਤਰ ਦੀ ਪੜ੍ਹਾਈ ਵੀ ਕੀਤੀ ਹੋਈ ਸੀ ਤਾਂ ਤੁਸੀਂ ਯਾਦ ਰੱਖਣਾ ਸੰਤ ਸਿੰਘ ਸੇਖੋਂ ਤੇ ਇਸ ਤੋਂ ਇਲਾਵਾ ਇਹ ਸੀਗੇ ਐਮਏ ਅੰਗਰੇਜ਼ੀ ਠੀਕ ਪੰਜਾਬੀ ਦੇ ਸਾਹਿਤਕਾਰਾਂ ਬਾਰੇ ਤੁਸੀਂ ਦੇਖੋਗੇ ਕਿ ਜਿਹੜੇ ਵੀ ਮਸ਼ਹੂਰ ਸਾਹਿਤਕਾਰ ਹੋਏ ਉਹਨਾਂ ਦੇ ਵਿੱਚੋਂ 90% ਨੇ ਲਗਭਗ ਅੰਗਰੇਜ਼ੀ ਦੀ ਐਮਏ ਜ਼ਰੂਰ ਕੀਤੀ ਹੋਈ ਸੀ ਠੀਕ ਹੈ ਤਾਂ ਸੰਤ ਸਿੰਘ ਸੇਖੋਂ ਦਾ ਵੀ ਅੰਗਰੇਜ਼ੀ ਐਮਏ ਦੇ ਵਿੱਚ ਨਾਮ ਬੋਲਦਾ ਹੈ ਤਾਂ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਸੰਤ ਸਿੰਘ ਸੇਖੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਬਤੌਰ ਪ੍ਰੋਫੈਸਰ ਪੜ੍ਹਾ ਰਹੇ ਸੀ ਤਾਂ ਫਿਰ ਕੀ ਹੋਇਆ 1949 ਦੇ ਵਿੱਚ ਜਦੋਂ ਐਮਏ ਪੰਜਾਬੀ ਸ਼ੁਰੂ ਹੁੰਦੀ ਹੈ 1949 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਹੀ ਤਾਂ ਉੱਥੇ ਪੰਜਾਬੀ ਦੇ ਪ੍ਰੋਫੈਸਰਾਂ ਦੀ ਪ੍ਰਾਧਿਆਪਕਾਂ ਦੀ ਘਾਟ ਕਾਰਨ ਸੰਤ ਸਿੰਘ ਸੇਖੋਂ ਹੋਰਾਂ ਦੀ ਯੋਗਤਾ ਕਰਕੇ ਇਹਨਾਂ ਨੂੰ ਐਜ਼ ਪੰਜਾਬੀ ਪ੍ਰੋਫੈਸਰ ਉੱਥੇ ਭਰਤੀ ਕੀਤਾ ਗਿਆ ਤੇ ਇਹਨਾਂ ਨੇ ਪੰਜਾਬੀ ਜਿਹੜੀ ਆ ਉਹਦੇ ਵਿਦਿਆਰਥੀਆਂ ਨੂੰ ਸ਼ੁਰੂਆਤੀ ਸਾਲਾਂ ਦੇ ਵਿੱਚ ਪੜ੍ਹਾਈ ਸੀ ਜਿਸ ਕਰਕੇ ਇਹ ਪੰਜਾਬੀ ਦੀ ਸਾਹਿਤ ਆਲੋਚਨਾ ਦੇ ਨਾਲ ਜੁੜ ਗਏ ਸੀਗੇ ਤੇ ਸੰਤ ਸਿੰਘ ਸੇਖੋਂ ਹੋਰਾਂ ਦਾ ਜਿਹੜਾ ਮੁੱਢਲਾ ਆਪਣੇ ਜੀਵਨ ਦਾ ਸੁਪਨਾ ਸੀ ਉਹ ਇੱਕ ਰਚਨਾਤਮਕ ਕ੍ਰੀਏਟਰ ਲੇਖਕ ਬਨਣਾ ਦਾ ਸੀ ਤਾਂ ਇਹਨਾਂ ਨੇ ਉਸ ਕੰਮ ਦੇ ਲਈ ਬਹੁਤ ਸਾਰਾ ਅੰਗਰੇਜ਼ੀ ਦਾ ਸਾਹਿਤ ਪੜ੍ਹਿਆ ਹੋਇਆ ਸੀ ਕਿਉਂਕਿ ਅੰਗਰੇਜ਼ੀ ਦੀ ਇਹਨਾਂ ਦੀ ਪੜ੍ਹਾਈ ਵੀ ਸੀ ਤਾ ਇਹਨਾਂ ਨੇ ਉਦੋਂ ਸ਼ੁਰੂਆਤ ਦੇ ਵਿੱਚ ਅੰਗਰੇਜ਼ੀ 'ਚ ਲਿਖਣਾ ਸ਼ੁਰੂ ਕੀਤਾ ਇਹਨਾਂ ਨੇ ਕੁਝ ਕਵਿਤਾਵਾਂ ਅੰਗਰੇਜ਼ੀ 'ਚ ਲਿਖੀਆਂ ਇਹਨਾਂ ਦਾ ਇਹ ਮੰਨਣਾ ਸੀਗਾ ਕਿ ਅੰਗਰੇਜ਼ੀ 'ਚ ਲਿਖਣ ਦੇ ਨਾਲ ਜਿਹੜਾ ਉਹ ਜ਼ਿਆਦਾ ਪ੍ਰਸਿੱਧੀ ਮਿਲਦੀ ਹੈ ਤੇ ਲੋਕਾਂ ਤੱਕ ਜ਼ਿਆਦਾ ਪਹੁੰਚਿਆ ਜਾ ਸਕਦਾ ਹੈ ਪਰ ਇਸ ਦੇ ਵਿੱਚ ਉਹ ਸਫਲ ਨਹੀਂ ਹੋਏ ਭਾਵੇਂ ਕਿ ਉਹਨਾਂ ਦੀਆਂ ਕਵਿਤਾਵਾਂ ਅੰਗਰੇਜ਼ੀ ਦੀਆਂ ਕੁਝ ਮਸ਼ਹੂਰ ਪత్రికਾਵਾਂ ਦੇ ਵਿੱਚ ਵੀ ਛਪਦੀਆਂ ਰਹੀਆਂ ਤਾਂ ਫੇਰ ਸੰਤ ਸਿੰਘ ਸੇਖੋਂ ਇੱਕ ਹੋਰ ਆਣੀ ਮੋੜਾ ਜਿਹੜਾ ਪੰਜਾਬੀ ਵੱਲ ਕੱਟ ਲਿਆ ਸੀ ਅਸੀਂ ਜਾਣਦੇ ਹਾਂ ਕਿ ਸੰਤ ਸਿੰਘ ਸੇਖੋਂ ਨਾ ਕੇਵਲ ਆਲੋਚਕ ਸੀ ਬਲਕਿ ਪੰਜਾਬੀ ਦੇ ਬਹੁਤ ਉੱਗੇ ਸਾਹਿਤਕਾਰ ਵੀ ਰਹੇ ਐ ਪੰਜਾਬੀ ਦੀ ਹਰ ਵਿਦਾ ਦੇ ਵਿੱਚ ਇਹਨਾਂ ਨੇ ਹੱਥ ਅਜ਼ਮਾਇਆ ਹੈ ਨਾਟਕਕਾਰ ਵੀ ਐ ਨਾਵਲਕਾਰ ਵੀ ਐ ਕਹਾਣੀਆਂ ਵੀ ਇਹਨਾਂ ਨੇ ਬਹੁਤ ਲਿਖੀਆਂ ਐ ਵਿੱਚੋਂ ਕਾਮੇ ਤੇ ਯੋਧੇ ਕਹਾਣੀ ਸੰਗ੍ਰਹਿ ਇਹਨਾਂ ਦਾ ਬਹੁਤ ਮਸ਼ਹੂਰ ਹੋਇਆ ਤੇ ਪੰਜਾਬੀ ਯੂਨੀਵਰਸਿਟੀ ਨੇ ਐਮਏ ਦੀਆਂ ਕਲਾਸਾਂ ਦੇ ਵਿੱਚ ਉਹ ਕਹਾਣੀ ਸੰਗ੍ਰਹਿ ਲਗਵਾਇਆ ਵੀ ਹੋਇਆ ਹੈ ਤਾਂ ਅਸੀਂ ਅੱਜ ਜਿਹੜੀ ਗੱਲ ਕਰਨੀ ਆ ਉਹ ਸੰਤ ਸਿੰਘ ਸੇਖੋਂ ਦੀ ਇੱਕ ਲੇਖਕ ਵਜੋਂ ਗੱਲ ਨਹੀਂ ਕਰਨੀ ਇੱਕ ਆਲੋਚਕ ਵਜੋਂ ਗੱਲ ਕਰਨੀ ਹੈ ਕਿ ਸੰਤ ਸਿੰਘ ਸੇਖੋਂ ਆਲੋਚਕ ਵਜੋਂ ਪੰਜਾਬੀ ਦੇ ਵਿੱਚ ਕਿਉਂ ਮੰਨੇ ਪਰਮੰਨੇ ਜਾਂਦੇ ਨੇ ਤੇ ਨਾਲ ਦੀ ਨਾਲ ਸੰਤ ਸਿੰਘ ਸੇਖੋਂਆਂ ਦੀਆਂ ਕੀ ਕੀ ਸਥਾਪਨਾਵਾਂ ਸੀ ਤਾਂ ਦੋਸਤੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਸੰਤ ਸਿੰਘ ਸੇਖੋਂ ਉਦੋਂ ਦਾਖਲ ਹੁੰਦੇ ਆ ਜਦੋਂ ਐਮਏ ਪੰਜਾਬੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਵਿੱਚ ਤਾਂ ਉਸ ਵਕਤ ਵਿਦਿਆਰਥੀਆਂ ਦੀਆਂ ਸਿਲੇਬਸ ਦੀਆਂ ਲੋੜਾਂ ਦੇ ਲਈ ਸੰਤ ਸਿੰਘ ਸੇਖੋਂ ਰਾ ਨੇ ਇੱਕ ਕੱਚਾ ਜਾਂ ਡਰਾਫਟ ਤਿਆਰ ਕੀਤਾ ਸੀ ਜਿਹੜੇ ਇੱਕ ਹਸਾਬ ਦੇ ਸੀ ਨੋਟਸ کہہ ਸਕਦੇ ਹਾਂ ਵਿਦਿਆਰਥੀਆਂ ਦੇ ਲਈ ਇਹਨਾਂ ਨੇ ਬਣਾਏ ਸੀ ਸਹਿਤ ਆਲੋਚਨਾ ਦੇ ਲਈ ਸਿਧਾਂਤਾਂ ਦੇ ਲਈ ਕਿਉਂਕਿ ਉਸ ਵਕਤ ਕਿਤਾਬਾਂ ਮੌਜੂਦ ਨਹੀਂ ਸੀ ਪੰਜਾਬੀ ਚ ਤਾਂ ਇਸ ਤੋਂ ਬਾਅਦ ਉਹਨਾਂ ਨੇ ਉਸੇ ਹੀ ਡਰਾਫਟ ਨੂੰ ਵਿਧਾ ਕੇ ਉਸ ਨੂੰ ਸਾਹਿਤ ਯਾਰਥ ਨਾਮ ਦੀ ਕਿਤਾਬ ਅਧੀਨ ਛਾਪ ਦਿੱਤਾ ਸੀ ਤਾਂ ਉੱਥੋਂ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਆਲੋਚਨਾ ਦੇ ਵਿੱਚ ਦਾਖਲ ਹੁੰਦੇ ਆ ਜੇਕਰ ਅਸੀਂ ਮੁੱਢਲੇ ਰੂਪ ਚ ਸੰਸਿੰਗ ਸੇਖੋਹਾਂ ਦੀ ਵਿਚਾਰਧਾਰਾ ਬਾਰੇ ਗੱਲ ਕਰ ਰਹੀਏ ਤਾਂ ਦੋਸਤੋ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਨਾਲ ਦੀ ਨਾਲ ਇਸ ਨੂੰ ਨੋਟ ਇਹਦੇ ਵਿੱਚ ਚੀਜ਼ਾਂ ਨੂੰ ਜ਼ਰੂਰ ਕਰ ਲੈਣਾ ਹੈ ਤਾਂ ਇਹ ਚੜ੍ਹਦੀ ਜਵਾਨੀ ਦੇ ਵਿੱਚ ਹੀ ਇਹ ਮਾਰਕਸਵਾਦ ਦੇ ਨਾਲ ਜੁੜਗੇ ਸੀ ਇਹ ਸੰਸਿੰਗ ਸੇਖੋ ਦੇ ਨਾਲ ਤੁਸੀਂ ਆਪਦੇ ਮਨ ਚ ਪੱਕਾ ਹੀ ਬਿਠਾ ਲੈਣਾ ਇਹ ਵਾਲਾ ਸ਼ਬਦ ਮਾਰਕਸਵਾਦ ਜਿਹੜੇ ਵਿਦਿਆਰਥੀਆਂ ਨੂੰ ਮਾਰਕਸਵਾਦ ਬਾਰੇ ਨਹੀਂ ਪਤਾ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਬਹੁਤ ਸੌਖੇ ਸ਼ਬਦਾਂ ਚ ਜਲਦ ਹੀ ਮਾਰਕਸਵਾਦ ਬਾਰੇ ਇੱਕ ਡਿਟੇਲ ਵੀਡੀਓ ਲੈਕਚਰ ਲੈ ਕੇ ਆ ਰਹੇ ਹਾਂ ਤਾ ਮੋਟਾ ਮੋਟਾ ਮੈਨਾਂ ਤੁਹਾਨੂੰ ਦੱਸ ਦੇਵਾਂ ਕਿ ਮਾਰਕਸਵਾਦੀ ਪ੍ਰਣਾਲੀ ਜਿਹੜੀ ਆ ਉਹ ਲੋਚਨਾ ਦੇ ਖੇਤਰ ਵਿੱਚ ਇਹ ਸੋਚਦੀ ਹੈ ਕਿ ਜਿਹੜਾ ਕੋਈ ਲੇਖਕ ਕੋਈ ਰਚਨਾ ਕਰ ਰਿਹਾ ਤਾਂ ਉਹਦੀ ਉਹ ਰਚਨਾ ਸਮਾਜ ਦੇ ਭਲੇ ਹਿੱਤ ਹੋਣੀ ਚਾਹੀਦੀ ਹੈ ਤੇ ਉਹ ਇਹ ਸੋਚਦੇ ਆ ਮਾਰਕਸਵਾਦੀ ਆਲੋਚਕ ਕਿ ਲੇਖਕ ਜਿਹੜਾ ਇਹ ਉਹ ਜਿਹੜੀ ਧਰ ਨਾਲ ਸੰਬੰਧਤ ਹੋਊਗਾ ਜੇ ਉਹ ਅਮੀਰ ਧਰ ਨਾਲ ਸੰਬੰਧਤ ਹੈ ਤਾਂ ਉਹ ਮੀਰਾਂ ਦੇ ਪੱਖ ਦੀ ਗੱਲ ਕਰਦਾ ਹੈ ਜੇਕਰ ਉਹ ਗਰੀਬ ਧਰ ਨਾਲ ਸੰਬੰਧਤ ਆ ਉਹ ਗਰੀਬਾਂ ਦੇ ਪੱਖ ਦੀ ਗੱਲ ਕਰਦਾ ਪਰ ਉਹ ਇੱਕ ਸੁਹਿਰਦ ਲੇਖਕ ਤੋਂ ਇਹ ਆਸ ਕਰਦੇ ਆ ਕਿ ਚਾਹੇ ਉੱਚੀ ਸ਼੍ਰੇਣੀ ਨਾਲ ਸੰਬੰਧਤ ਵੀ ਹੈ ਪਰ ਫਿਰ ਵੀ ਉਹਨਾਂ ਨੂੰ ਜਨ ਕਲਿਆਣ ਦੇ ਲਈ ਕਿਰਤੀਆਂ ਦੇ ਲਈ ਦੱਬੇ ਕੁਚਲੇ ਲੋਕਾਂ ਦੇ ਲਈ ਹੀ ਸਾਹਿਤ ਵਿੱਚ ਗੱਲ ਕਰਨੀ ਚਾਹੀਦੀ ਹੈ ਉਹ ਕਹਿੰਦੀ ਹੈ ਕਿ ਸਾਹਿਤ ਦਾ ਜਿਹੜਾ ਵਿਸ਼ਾ ਪੱਖ ਹੈ ਉਹ ਤੁਹਾਡੇ ਕਲਾ ਪੱਖ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਡੀ ਕਲਾ ਜਿਹੜੀ ਆ ਤੁਹਾਡੀ ਲਿਖਤ ਜਿਹੜੀ ਆ ਉਹ ਕਿਸੇ ਗਰੀਬ ਨੂੰ ਕਿਸੇ ਦਬੇ ਕੁਚਲੇ ਵਰਗ ਨੂੰ ਸੁਨੇਹਾ ਦਿੰਦੀ ਹੋਵੇ ਤੇ ਉਹਦੇ ਨਾਲ ਤੁਸੀਂ ਉੱਪਰ ਉੱਠ ਸਕੋ ਤਾਂ ਇਹ ਸਿਰਫ ਬੇਸਿਕ ਜਾਣਕਾਰੀ ਹੈ ਮਾਰਕਸਵਾਦ ਦੇ ਵਿੱਚ ਹੋਰ ਵੀ ਬਹੁਤ ਕੁਝ ਪਿਆ ਜਿਹੜਾ ਜੀ ਵੀਡੀਓ ਦੇ ਵਿੱਚ ਕਰਾਂਗੇ ਤਾਂ ਸੰਤ ਸਿੰਘ ਸੇਖੋਂ ਇਸ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਅਸੀਂ ਹੁਣ ਸੰਤ ਸਿੰਘ ਸੇਖੋਹਰਾਂ ਦੀਆਂ ਨਾਲ ਦੀ ਨਾਲ ਤਾਂ ਕਿਤਾਬਾਂ ਦੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਉਹਨਾਂ ਦੀ ਵਿਚਾਰਧਾਰਾ ਤੁਸੀਂ ਸਮਝਦੇ ਜਾਓਗੇ ਸਭ ਤੋਂ ਪਹਿਲਾਂ ਉਹਨਾਂ ਦੀ ਕਿਤਾਬ ਜਿਹੜੀ ਸਾਹਿਤਿ ਅਰਥ ਆਈ ਸੀ ਜਿਹੜੀ ਕਿ ਉਹਨਾਂ ਨੇ ਨੋਟਸ ਦੇ ਰੂਪ 'ਚ ਪਹਿਲਾਂ ਲਿਖੀ ਸੀ ਬਾਅਦ 'ਚ ਛਪਵਾ ਦਿੱਤੀ ਗਈ ਉਹਦੇ ਵਿੱਚ ਉਹ ਕੀ ਗੱਲਬਾਤ ਕਰਦੇ ਆ ਅਸੀਂ ਵੀਡੀਓ ਦੇ ਅਗਲੇ ਭਾਗ 'ਚ ਜਾਣਦੇ ਆ ਦੋਸਤੋ ਅਸੀਂ ਗੱਲ ਕਰਾਂਗੇ ਸਾਹਿਤਿ ਅਰਥ ਪੁਸਤਕ ਬਾਰੇ ਤਾਂ ਸਾਹਿਤਿ ਸਾਹਿਤਿ ਅਰਥ ਜਿਹੜੀ ਪੁਸਤਕ ਹੈ ਇਸ ਦਾ ਛਾਪਣ ਦਾ ਸਾਲ 1957 ਹੈ ਤੁਸੀਂ ਇਸ ਨੂੰ ਯਾਦ ਰੱਖਣਾ ਹੈ ਏ ਦੇ ਬਾਰੇ ਅਸੀਂ ਦੱਸ ਚੁੱਕੇ ਹਾਂ ਪਹਿਲਾਂ ਵੀ ਜਦੋਂ ਪੰਜਾਬੀ ਐਮਏ ਸ਼ੁਰੂ ਹੋਈ ਸੀ ਤਾਂ ਸ਼ੁਰੂਆਤੀ ਵਿਦਿਆਰਥੀਆਂ ਦੇ ਲਈ ਇਹਨਾਂ ਨੇ ਇਹ ਕਿਤਾਬ ਲਿਖੀ ਸੀ ਤਾਂ ਇਹ ਆਪਣੀ ਕਿਸਮ ਦੀ ਪਹਿਲੀ ਕਿਤਾਬ ਹੈ ਇਸ ਤੋਂ ਪਹਿਲਾਂ ਇਹੋ ਜੀ ਕੋਈ ਕਿਤਾਬ ਨਹੀਂ ਪੰਜਾਬੀ ਦੇ ਵਿੱਚ ਛਪੀ ਸੀ ਜਿਦੇ ਵਿੱਚ ਕਵਤਾ ਬਾਰੇ ਸਾਹਿਦ ਦੇ ਰੂਪਾਂ ਬਾਰੇ ਇੰਨੀ ਖੁੱਲ ਕੇ ਗੱਲ ਕੀਤੀ ਗਈ ਹੋਵੇ ਕਿ ਕਵਤਾ ਲਿਖੀ ਕਿਵੇਂ ਜਾਂਦੀ ਹੈ ਕਵਤਾ ਦਾ ਰੂਪ ਕੀ ਹੁੰਦਾ ਹੈ ਕਵਤਾ ਨੂੰ ਲਿਖਣ ਦੇ ਢੰਗ ਕੀ ਹੋਣੇ ਚਾਹੀਦੇ ਆ ਜਾਂ ਕਵੀ ਕਿਹੋ ਜਿਹਾ ਹੋਣਾ ਚਾਹੀਦਾ ਹੈ ਤਾਂ ਇਹੋ ਜਿਹੀਆਂ ਗੱਲਾਂ ਸਾਨ ਸਿੰਘ ਸੇਖੋਂ ਪਹਿਲੀ ਵਾਰ ਇਸ ਕਿਤਾਬ ਦੇ ਵਿੱਚ ਕਰਦੇ ਆ ਤਾਂ ਤੁਸੀਂ ਹੁਣ ਇਹਨਾਂ ਪੁਆਇੰਟਾਂ ਨੂੰ ਨੋਟ ਕਰ ਲੈਣਾ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਗੱਲ ਕੀਤੀ ਹੈ ਕਵਿਤਾ ਦੀ ਰਚਨਾ ਪ੍ਰਕਿਰਿਆ ਬਾਰੇ ਤੇ ਨਾਲ ਦੀ ਨਾਲ ਉਦੇਸ਼ ਬਾਰੇ ਗੱਲ ਕੀਤੀ ਹੈ ਤਾਂ ਸਾਨ ਸਿੰਘ ਸੇਖੋਂ ਤੁਹਾਨੂੰ ਪਤਾ ਹੈ ਕਿ ਇਹ ਮੰਨਦੇ ਸੀ ਕਿ ਜਿਹੜੀ ਕਵਿਤਾ ਹੈ ਜਾਂ ਜਿਹੜਾ ਵੀ ਸਾਹਿਤ ਹੈ ਉਸ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੋਣਾ ਚਾਹੀਦਾ ਹੈ ਵੀ ਉਹ ਨਿਰਾ ਪ੍ਰਚਾਰ ਨਾ ਹੋਵੇ ਪਰ ਫਿਰ ਵੀ ਉਹ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਨਵੀਂ ਜਾਗਰਤੀ ਲੈ ਕੇ ਆਉਂਦੀ ਹੋਵੇ ਉਹਨਾਂ ਦੇ ਦਿਮਾਗਾਂ ਨੂੰ ਹਿਲਾਉਣਾ ਦਿੰਦੀ ਹੋਵੇ ਤੁਹਾਡੇ ਮਨ 'ਚ ਜਿਹੜੇ ਪਹਿਲਾਂ ਵਿਚਾਰ ਪਏ ਆ ਉਸੇ ਥਾਂ 'ਤੇ ਕੁਝ ਨਵੇਂ ਵਿਚਾਰ ਉਹ ਤੁਹਾਡੇ ਵਿੱਚ ਭਰਦੀ ਹੋਵੇ ਤੇ ਨਾਲ ਦੀ ਨਾਲ ਇਹ ਕਾਵ ਦੀ ਪ੍ਰਭਾਸ਼ਾ ਦਿੰਦੇ ਸੀ ਜਿਵੇਂ ਤੀਸਰਾ ਪੁਆਇੰਟ ਆ ਸਾਡਾ ਕਵਤਾ ਦੀ ਪ੍ਰਭਾਸ਼ਾ ਤਾਂ ਇਹਨਾਂ ਨੇ ਕਿਹਾ ਸੀ ਕਿ ਕਵਤਾ ਜਿਹੜੀ ਹੈ ਉਹ ਆਤਮਿਕ ਆਨੰਦ ਦੀ ਵਸਤੂ ਹੈ ਕਿ ਜਦੋਂ ਅਸੀਂ ਕਵਤਾ ਪੜ੍ਹਦੇ ਹਾਂ ਸਾਨੂੰ ਕੋਈ ਉਸਦੇ ਲਾਭ ਨਹੀਂ ਮਿਲਣਾ ਹੁੰਦਾ ਵੀ ਸਾਨੂੰ ਪੈਸਿਆਂ ਦੇ ਰੂਪ ਚ ਕੁਝ ਲਾਭ ਪ੍ਰਾਪਤ ਹੋਊਗਾ ਨਹੀਂ ਬਲਕਿ ਸਾਨੂੰ ਆਤਮਿਕ ਆਨੰਦ ਜਿਹੜਾ ਸਾਹਿਤ ਹੈ ਜਾਂ ਕਵਤਾ ਹੈ ਉਹ ਦਿੰਦੀ ਹੈ ਤਾਂ ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਕਵਤਾ ਦੀ ਜਿਹੜੀ ਬਣ ਗਈ ਹੈ ਉਹ ਆਤਮਿਕ ਕਿਸਮ ਦੀ ਹੈ ਤਾਂ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਮੇਨ ਗੱਲ ਕੀਤੀ ਹੈ ਤੁਸੀਂ ਇਸ ਪੁਆਇੰਟ ਤੇ ਬਹੁਤ ਜ਼ਿਆਦਾ ਧਿਆਨ ਦੇਣਾ ਠੀਕ ਹੈ ਕਾਵ ਅਨੁਭਵ ਦੀ ਕਾਵ ਅਨੁਭਵ ਦੇ ਵਿੱਚ ਉਹ ਕੀ ਗੱਲ ਕਰਦੇ ਆ ਕਿ ਜਦੋਂ ਕੋਈ ਕਵੀ ਕਵਤਾ ਲਿਖਦਾ ਹੈ ਤਾਂ ਉਹ ਉਹੀ ਕਵਤਾ ਉੱਤਮ ਹੋ ਸਕਦੀ ਹੈ ਉਹੀ ਸਾਇਦ ਉੱਤਮ ਹੋ ਸਕਦਾ ਜਿਹੜਾ ਕਿ ਅਨੁਭਵ ਦੇ ਨਾਲ ਲਿਖਿਆ ਗਿਆ ਹੋਵੇ ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਜੇਕਰ ਕਿਸੇ ਨੇ ਮੰਨ ਲਓ ਜੰਗ ਯੋਧਾ ਦੀ ਕਵਤਾ ਲਿਖਣੀ ਹੈ ਤਾਂ ਉਸ ਨੂੰ ਆਪ ਨੂੰ ਜੰਗ ਯੁੱਧ ਦਾ ਅਨੁਭਵ ਹੋਣਾ ਚਾਹੀਦਾ ਹੈ ਜੇਕਰ ਕਿਸੇ ਨੇ ਕੋਈ ਸੰਘਰਸ਼ ਦੀ ਕਵਤਾ ਲਿਖਣੀ ਹੈ ਤਾਂ ਉਹ ਬੰਦਾ ਖੁਦ ਸੰਘਰਸ਼ਾਂ ਦੇ ਵਿੱਚੋਂ ਨੰਗਿਆ ਹੋਣਾ ਚਾਹੀਦਾ ਹੈ ਕਿ ਇਹ ਨਹੀਂ ਤੁਸੀਂ ਬੈਡਰੂਮ ਦੇ ਵਿੱਚ ਬੈਠ ਕੇ ਕਿਸੇ ਧਰਨੇ ਬਾਰੇ ਕਵਤਾ ਨਹੀਂ ਲਿਖ ਸਕਦੇ ਤੇ ਬਹੁਤ ਹੱਦ ਤੱਕ ਸੰਸਿੰਗ ਸੇਖੋਹਾਂ ਦੀ ਇਸ ਗੱਲ ਦੇ ਵਿੱਚ ਸੱਚਾਈ ਵੀ ਹੈ ਕਿਉਂਕਿ ਬਿਨਾ ਅਨੁਭਵ ਤੋਂ ਸਾਡੇ ਕੋਲੋਂ ਓਨੀ ਵਧੀਆ ਕਵਤਾ ਨਹੀਂ ਲਿਖੀ ਜਾ ਸਕਦੀ ਜਿਹੜਾ ਵਿਅਕਤੀ ساری ਉਮਰ ਅਮੀਰੀ ਦੇ ਵਿੱਚ ਪਲਿਆ ਹੈ ਉਹ ਕਦੇ ਵੀ ਗਰੀਬਾਂ ਦੇ ਅਨੁਭਵ ਨੂੰ ਓਨੇ ਤਰੀਕੇ ਨਾਲ ਮਹਿਸੂਸ ਨਹੀਂ ਕਰ ਸਕਦਾ ਓਨੀ شدت ਨਾਲ ਮਹਿਸੂਸ ਨਹੀਂ ਕਰ ਸਕਦਾ ਜਿੰਨੀ شدت ਨਾਲ ਇੱਕ ਗਰੀਬ ਵਿਅਕਤੀ ਮਹਿਸੂਸ ਕਰ ਸਕਦਾ ਹੈ ਪਰ ਕੁਝ ਕੁ ਉਦਾਹਰਨਾਂ ਇਸ ਤੋਂ ਸਾਨੂੰ ਉਲਟ ਵੀ ਮਿਲਦੀਆਂ ਜਿਵੇਂ ਟਾਲਸਟੋਏ ਨੇ ਅ ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਹੈ ਉਹਨਾਂ ਨੇ ਜੰਗ ਤੇ ਅਮਨ ਜਦੋਂ ਲਿਖਿਆ ਏ ਭਲਾ ਕਿ ਉਹ ਜੰਗ ਦੇ ਵਿੱਚ ਖੁਦ ਨਹੀਂ ਗਏ ਹੋਣਗੇ ਉਸ ਵਕਤ ਦੇ ਲੋਕ ਜਿਹੜੇ ਇੰਨੀਆਂ ਮੁਸ਼ਕਲਾਂ ਸਹ ਰਏ ਸੀ ਉਹਨਾਂ ਨੇ ਹੋ ਸਕਦਾ ਨਾ ਵੀ ਸਹੀਆਂ ਹੋਣ ਪਰ ਫਿਰ ਵੀ ਉਹਨਾਂ ਨੇ ਸਾਰੇ ਲੋਕਾਂ ਦੇ ਬਾਰੇ ਹਰੇਕ ਵਰਗ ਦੇ ਲੋਕਾਂ ਬਾਰੇ ਉਹ ਜੰਗ ਜਾਂ ਅਮਨ ਦੇ ਵਿੱਚ ਜ਼ਿਕਰ ਕੀਤਾ ਹੈ ਤੇ ਉਹ ਬਹੁਤ ਵੱਡਾ ਨਾਵਲ ਹੈ ਤੇ ਸੰਸਾਰ ਪ੍ਰਸਿੱਧ ਨਾਵਲ ਹੈ ਜਿਦੇ ਵਿੱਚ ਬਹੁਤ ਸਾਰੇ ਪਾਤਰ ਹੈ ਤੇ ਉਹਨਾਂ ਸਾਰੇ ਪਾਤਰਾਂ ਦਾ అనుਭਵ ਟਾਲਸਟਾਈ ਨੂੰ ਕਿਵੇਂ ਸੀ ਕਿਉਂਕਿ ਉਹ ਕਾ ਪ੍ਰਤੀਵਾਦੀ ਮਾਲਕ ਸੀ ਉਹਨਾਂ ਦੇ ਵਿੱਚ ਇੱਕ ਨਾਵਲਕਾਰ ਵਾਲੇ ਬਹੁਤ ਉੱਤਮ ਗੁਣ ਪਾਏ ਗਏ ਸੀ ਤਾਂ ਇਸ ਥਾਂ ਇੱਥੇ ਜਾ ਕੇ ਕਈ ਵਾਰੀ ਸੰਤ ਸਿੰਘ ਸੇਖੋਂ ਦੀ ਇਹ ਜਿਹੜੀ ਧਾਰਨਾ ਇਹ ਉਲਟ ਵੀ ਹੋ ਜਾਂਦੀ ਆ ਨਾਲ ਦੀ ਨਾਲ ਸੰਤ ਸਿੰਘ ਸੇਖੋਂ ਪੰਜਾਬੀ ਦੇ ਜਿਹੜੇ ਅਮਰਤਾ ਪ੍ਰੀਤਮ ਤੇ ਮੋਹਨ ਸਿੰਘ ਹੈ ਉਹਨਾਂ ਬਾਰੇ ਟਿੱਪਣੀ ਕਰਦੇ ਹੋਏ ਲਿਖਦੇ ਆ ਕਿ ਉਹ ਮੱਧ ਵਰਗ ਦੇ ਲੇਖਕ ਹੈ ਉਹੋ ਜਿਆਦਾ ਇਨਕਲਾਬੀ ਕਵਿਤਾਵਾਂ ਨਹੀਂ ਲਿਖ ਸਕਦੇ ਭਾਵੇਂ ਕਿ ਮੋਹਨ ਸਿੰਘ ਨੇ ਵੀ ਇਨਕਲਾਬੀ ਕਵਿਤਾਵਾਂ ਲਿਖੀਆਂ ਜਦੋਂ ਉਹਨਾਂ ਨੇ ਕਵਿਤਾ ਲਿਖੀ ਹੈ ਕਿ ਗੋਰੀ ਤੇਰੀ ਦੇ ਪੈਰ ਚਾਂਦੀ ਦੇ ਘੁੰਗਰੂ ਸਾਡੀਆਂ ਤਾਂ ਸੁਥਨਾਂ ਨੂੰ ਭਖੜਾਵੇ ਹੋ ਤਾਂ ਉਸ ਵਿੱਚ ਉਹ ਜ਼ਿਕਰ ਕਰ ਰਹੇ ਹੈ ਦੱਬੇ ਕੁਚਲੇ ਵਰਗਾਂ ਦਾ ਪਰ ਸੰਤ ਸਿੰਘ ਸੇਖੋ ਇਨਕਾਰੀ ਹੈ ਉਹਨਾਂ ਦੀ ਕਵਿਤਾ ਤੋਂ ਉਹ ਕਹਿ ਰਹੇ ਹੈ ਕਿ ਉਹਨਾਂ ਦੀ ਕਵਿਤਾ ਦੇ ਵਿੱਚ ਉਸ ਤਰ੍ਹਾਂ ਦੇ ਅਨੁਭਵ ਆ ਹੀ ਨਹੀਂ ਸਕਦੇ ਇਸ ਤੋਂ ਇਲਾਵਾ ਉਹ ਕਹ ਰਿਹਾ ਵੀ ਭਾਈ ਵੀਰ ਸਿੰਘ ਤੇ ਧਨੀ ਰਾਮ ਚਾਤਰਿਕ ਜੇਕਰ ਇਨਕਲਾਬੀ ਕਵਿਤਾਵਾਂ ਲਿਖਣ ਬੈਜਾਂ ਤਾਂ ਉਹ ਨਹੀਂ ਲਿਖੀਆਂ ਜਾਣਗੀਆਂ ਕਹਦੇ ਆ ਪ੍ਰੀਤਮ ਸਿੰਘ ਸਫੀਰ ਹੋਰਾਂ ਦੀ ਤਾਂ ਪ੍ਰੀਤਮ ਸਿੰਘ ਸਫੀਰ ਹੋਰਾਂ ਦੀ ਜਿਹੜਾ ਅਨੁਭਵ ਹੈ ਕਿਉਂਕਿ ਅਸੀਂ ਜਾਣਦੇ ਆ ਕਿ ਪ੍ਰੀਤਮ ਸਿੰਘ ਸਫੀਰ ਪਹਿਲਾਂ ਇਨਕਲਾਬੀ ਕਵਿਤਾਵਾਂ ਲਿਖਦੇ ਰਹੇ ਉਸ ਤੋਂ ਬਾਅਦ ਉਹ ਰਹਾਸਵਦ ਵਾਲਾ ਆ ਗਏ ਤਾਂ ਉਹ ਕਹਿੰਦੇ ਕਿ ਉਹਨਾਂ ਦਾ ਰਹਾਸਵਦ ਬਹੁਤ ਸੱਚਾ ਹੈ ਕਿਉਂਕਿ ਉਹਨਾਂ ਨੇ ਗੁਰਬਾਣੀ ਦੇ ਅਨੁਭਵ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੋਇਆ ਹੈ ਤਾਂ ਸੰਤ ਸਿੰਘ ਸੇਕੋਂ ਹੋਰਾਂ ਦਾ ਜਿਹੜਾ ਮੁੱਖ ਗੁਣ ਸੀ ਜਾਂ ਕਈਆਂ ਨੂੰ ਇਹ ਔਗਣ ਵੀ ਲੱਗਦਾ ਸੀ ਕਿ ਉਹ ਸਪਾਸਟਰ ਰੂਪ ਦੇ ਵਿੱਚ ਸਟੀਕ ਗੱਲ ਉਹਦੇ ਅਗਲੇ ਦੇ ਮੂੰਹ ਤੇ ਕਰ ਜਾਂਦੇ ਸੀ ਤੇ ਆਪਣੀ ਲਿਖਤਾਂ ਦੇ ਵਿੱਚ ਵੀ ਕਰ ਜਾਂਦੇ ਸੀ ਉਸ ਵਕਤ ਉਹ ਭਾਵੇਂ ਕਿਸੇ ਨੂੰ ਕੌੜੀਆਂ ਲੱਗਣ ਤੇ ਭਾਵੇਂ ਕਿਸੇ ਨੂੰ ਚੰਗੀਆਂ ਲੱਗਣ ਸੰਤ ਸਿੰਘ ਸੇਖੋ ਇਸ ਤਰ੍ਹਾਂ ਦੇ ਮੂਵ ਫਟ ਆਲੋਚਕ ਵੀ ਕਹੇ ਜਾਂਦੇ ਰਹੇ ਆ ਤਾਂ ਇੱਕ ਵਕਤ ਤਾਂ ਅਜਿਹਾ ਆ ਗਿਆ ਸੀ ਪੰਜਾਬੀ ਦੇ ਵਿੱਚ ਜਦੋਂ ਜਦੋਂ ਸੰਤ ਸਿੰਘ ਸੇਖੋ ਵਰਾਂ ਦੇ ਵੱਲ ਹੋਣਾ ਪ੍ਰਤੀਵਾਦੀ ਮੰਨਿਆ ਜਾਂਦਾ ਸੀ ਕਿ ਜੋ ਕੋਈ ਸੰਤ ਸਿੰਘ ਸੇਖੋਂਾਂ ਦੇ ਉਲਟ ਬੋਲਦਾ ਸੀ ਤਾਂ ਉਸ ਨੂੰ ਪ੍ਰਤੀਗਾਮੀ ਮੰਨਿਆ ਜਾਂਦਾ ਸੀ ਅਹਮਕ ਮੰਨਿਆ ਜਾਂਦਾ ਸੀ ਕਿ ਆਹ ਜਾਂ ਵਦੂ ਗੱਲ ਕਰ ਹੀ ਨਹੀਂ ਸਕਦਾ ਇਹ ਅਜਿਹੇ ਦੌਰ ਵੀ ਸੰਤ ਸਿੰਘ ਸੇਖੋਂ ਦੇ ਆਇਆ ਏ ਸੰਤ ਸਿੰਘ ਸੇਖੋਂ 1960 ਦੇ ਵਿੱਚ ਰਿਟਾਇਰ ਹੋ ਜਾਂਦੇ ਆ ਇਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਕਾਲਜਾਂ ਦੇ ਵਿੱਚ ਪ੍ਰਿੰਸੀਪਲ ਤੌਰ ਦੇ ਤੌਰ ਤੇ ਕੰਮ ਕੀਤਾ ਏ ਪਰ ਸੰਤ ਸਿੰਘ ਸੇਖੋਂ ਕਿਉਂਕਿ ਮੂੰਹ ਪੱਟ ਸੀ ਮੈਂ ਤੁਹਾਨੂੰ ਕਿਹਾ ਏ ਤੇ ਬਹੁਤ ਸਾਰੀਆਂ ਚੀਜ਼ਾਂ ਦੀ ਮਰਿਆਦਾ ਉਹ ਭੰਨਦੇ ਰਹੇ ਆ ਇਸ ਕਰਕੇ ਉਹਨਾਂ ਨੂੰ ਕੋਈ ਸਰਕਾਰੀ ਚੇਅਰ ਤਾਂ ਨਹੀਂ ਮਿਲੀ ਪਰ ਫਿਰ ਵੀ ਉਹਨਾਂ ਦਾ ਦਬ ਦਬਾ ਜਿਹੜਾ ਪੂਰੀ ਪੰਜਾਬੀ ਸਾਹਿਤ ਅਲੋਚਨਾ ਦੇ ਖੇਤਰ ਦੇ ਵਿੱਚ ਬਣਿਆ ਰਿਹਾ ਏ ਤੇ ਕਿਉਂ ਬਣਿਆ ਰਿਹਾ ਹੈ ਕਿਉਂਕਿ ਉਹਨਾਂ ਨੇ ਧਾਰਨਾਵਾਂ ਬਹੁਤ ਸਪਸ਼ਟ ਸਟਿਕ ਪੇਸ਼ ਕੀਤੀਆਂ ਸੀ ਤਾਂ ਸ਼ਿਲਪਗਤ ਪਹਿਲੂ ਬਾਰੇ ਅਸੀਂ ਗੱਲ ਕਰ ਲੈਨੇ ਆਂ ਦੋਸਤੋ ਸ਼ਿਲਪਗਤ ਪਹਿਲੂ ਕੀ ਹੁੰਦਾ ਹੈ ਸੌਖੇ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਤਾਂ ਕਵਿਤਾ ਦਾ ਰੂਪ ਰੂਪਕ ਪੱਖ ਇੱਕ ਤਾਂ ਹੁੰਦਾ ਨਾ ਵਿਸ਼ਾ ਪੱਖ ਦੂਜਾ ਇਹ ਕਹਿੰਦਾ ਕਿ ਲਿਖੀ ਕਿਸ ਤਰ੍ਹਾਂ ਗਈ ਹੈ ਤਾਂ ਸੰਤ ਸਿੰਘ ਸੇਖੋਂ ਤੁਹਾਨੂੰ ਹੈਰਾਨੀ ਹੋਊਗੀ ਇਹ ਜਾਣ ਕੇ ਕਿ ਇੱਥੇ ਸੰਤ ਸਿੰਘ ਸੇਖੋਂ ਪੁਰਾਣੇ ਜਿਹੜੀ ਕਵਤਾ ਛੰਦ ਯੁਕਤ ਕਵਤਾ ਸੀ ਉਸ ਨੂੰ ਉੱਤਮ ਕਵਤਾ ਮੰਨਦੇ ਆ ਇਹ ਕਹਿੰਦੇ ਕਿ ਛੰਦ ਹੀ ਕਵਤਾ ਦਾ ਸਰੀਰ ਹੈ ਕਿ ਛੰਦ ਤੋਂ ਬਿਨਾਂ ਜੇ ਤੁਸੀਂ ਕਵਤਾ ਲਿਖ ਰਹੇ ਹੋ ਤਾਂ ਉਸ ਕਵਤਾ ਨੂੰ ਅਸੀਂ ਕਵਤਾ ਨਹੀਂ ਮੰਨਦੇ ਸੰਤ ਸਿੰਘ ਸੇਖੋਂ ਦਾ ਕਹਿਣਾ ਸੀ ਤੇ ਇੱਕ ਇਹ ਵਾਲੀ ਗੱਲ ਪੰਜ ਨੰਬਰ ਪੁਆਇੰਟ ਜਿੰਨਾ ਤੇ ਮੈਂ ਗੋਲੇ ਲਾਇਕ ਤਾਂ ਸਮਾਜਿਕ ਕਾਵ ਅਨੁਪਾਅ ਅਨੁਪਾਅ ਦੇ ਵਿੱਚ ਉਹ ਗੱਲ ਕਰਦੇ ਅੱਛਾ ਕਾਵਨਪੜ ਦੇ ਵਿੱਚ ਇੱਕ ਹੋਰ ਗੱਲ ਕਰਦੇ ਆ ਉਹ ਕਹਿੰਦੇ ਜਿਹੜੀ ਪ੍ਰਾਣੀ ਕਵਤਾ ਹੈ ਪਹਿਲਾਂ ਵਾਲੀ ਮਨ ਲਓ ਮੱਧ ਕਾਲ ਦੇ ਵਿੱਚ ਲਿਖੀ ਗਈ ਕਵਤਾਏ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵਾਲੀ ਕਵਤਾ ਉਸ ਤੋਂ ਬਾਅਦ ਵਾਲੀ ਕਵਤਾ ਉਹ ਕਹਿੰਦੇ ਉਹਦੇ ਵਿੱਚ ਕੋਈ ਬਾਲਾ ਅਨੁਭਵ ਨਹੀਂ ਹੈਗਾ ਗੁਰਬਾਣੀ ਦੀ ਗੱਲ ਛੱਡ ਕੇ ਮੈਂ ਬਾਕੀ ਦੀਆਂ ਕਵਤਾਵਾਂ ਬਾਰੇ ਉਹਨਾਂ ਦਾ ਵਿਚਾਰ ਦੱਸ ਰਹੀ ਆ ਉਹ ਇਹ ਹੈ ਕਿ ਉਹ ਚਾਹੁੰਦੇ ਉਹ ਦੱਸਦੇ ਆ ਕਿ ਪ੍ਰਾਣੀ ਕਵਤਾ ਚ ਅਨੁਭਵ ਨਹੀਂ ਹੈਗਾ ਜਾਂ ਬਹੁਤ ਘੱਟ ਅਨੁਭਵ ਹੈ ਪਰ ਜਿਹੜੀ ਨਵੀਂ ਕਵਤਾ ਹੈ ਅੱਜ ਕੱਲ ਲਿਖੀ ਜਾ ਰਹੀ ਹੈ ਇਹਦੇ ਵਿੱਚ ਅਨੁਭਵ ਬਹੁਤ ਹੈ ਕਿਤੇ ਨਾ ਕਿਤੇ ਉਹ ਇਹ ਦੱਸਣਾ ਚਾਹੁੰਦੇ ਆ ਜਿੰਨਾ ਕ ਮੈਨੂੰ ਸਮਝ ਆਈ ਹੈ ਕਿ ਉਹ ਇਹ ਦੱਸਣਾ ਚਾਹੁੰਦੇ ਆ ਕਿ ਪ੍ਰਾਣੀ ਜਿਹੜੀ ਕਵਤਾ ਹੈ ਕਿਉਂਕਿ ਪ੍ਰਾਣਾ ਜਿਹੜਾ ਮਨੁੱਖ ਸੀਗਾ ਉਹਦੇ ਕੋਲੇ ਬਹੁਤ ਜ਼ਿਆਦਾ ਅਨੁਭਵ ਨਹੀਂ ਸੀ ਸੰਸਾਰ ਬਾਰੇ ਧਰਤੀ ਬਾਰੇ ਰੱਬ ਬਾਰੇ ਵਿਗਿਆਨ ਬਾਰੇ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ ਉਹਦੇ ਕੋਲੇ ਸਿਰਫ ਇਤਿਹਾਸਿਕ ਘਟਨਾਵਾਂ ਸੀ ਉਸ ਨੂੰ ਲੱਗਦਾ ਸੀਗਾ ਵੀ ਜੇ ਮੀਂਹ ਪੈਂਦਾ ਹੈ ਤਾਂ ਮੀਂਹ ਸ਼ਾਇਦ ਇਸ ਲਈ ਪੈ ਰਿਹਾ ਹੈ ਕਿਉਂਕਿ ਅਸੀਂ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰ-ਜੋਰ ਵਾਲੀ ਕਵਤਾ ਗਾਈਏ ਇਸ ਕਰਕੇ ਪੈ ਰਿਹਾ ਜਾਂ ਉਸ ਨੂੰ ਕੋਈ ਸੱਭਿਆਤਾ ਦਾ ਨਾਸ਼ ਹੋ ਜਾਂਦਾ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਵੀ ਇਸ ਕਰਕੇ ਹੋ ਗਿਆ ਕਿਉਂਕਿ ਕੁਦਰਤ ਇਸ ਤਰ੍ਹਾਂ ਚਾਹੁੰਦੀ ਹੈ ਪਰ ਹੁਣ ਅਸੀਂ ਵਿਗਿਆਨਕ ਪੱਖ ਤੋਂ ਸੋਚਣ ਲੱਗ ਗਏ ਹਾਂ ਹੁਣ ਸਾਨੂੰ ਅਸੀਂ ਕਾਰਨ ਖੋਖਣ ਲੱਗ ਜਾਨੇ ਹਾਂ ਜੇ ਕਰੋਨਾ ਮਹਾਮਾਰੀ ਆਈ ਤਾਂ ਅਸੀਂ ਇਹ ਸੋਚਿਆ ਵੀ ਕਰੋਨਾ ਕਿਉਂ ਆਇਆ ਕਿੱਥੋਂ ਆਇਆ ਅਸੀਂ ਇਸ ਨੂੰ ਰੱਬ ਦੀ ਜਿਹੜੀ ਦੇਣ ਆ ਉਹ ਨਹੀਂ ਮੰਨਿਆ ਬਹੁਤ ਸਾਰੇ ਲੋਕਾਂ ਨੇ ਤਾਂ ਇਸ ਕਰਕੇ ਪ੍ਰਾਣੀ ਕਵਤਾ ਚ ਸੰਸ ਸਿੰਘ ਸੇ ਕੋਰ ਨੂੰ ਅਨੁਭਵ ਪੇਤਲਾ ਲੱਗਿਆ ਤੇ ਨਵੀਂ ਕਵਤਾ ਉਹਨਾਂ ਨੂੰ ਲੱਗਿਆ ਕਿ ਇਹ ਜ਼ਿਆਦਾ ਅਨੁਭਵ ਵਾਲੀ ਹੈ ਉਹਦਾ ਕਾਰਨ ਇਹ ਸੀ ਕਿ ਆਧੁਨਿਕਤਾ ਦਾ ਪ੍ਰਵੇਸ਼ ਅੰਗਰੇਜ਼ਾਂ ਦੇ ਆਉਣ ਨਾਲ ਭਾਰਤ ਚ ਹੋ ਚੁੱਕਿਆ ਸੀ ਲੋਕਾਂ ਕੋਲੇ ਨਵੀਆਂ ਟੈਕਨੀਕਾਂ ਸੀ ਨਵੀਂ ਜਾਣਕਾਰੀ ਦੇ ਸਰੋਤ ਸੀ ਇਸ ਲਈ ਉਹ ਜ਼ਿਆਦਾ ਅਨੁਭਵ ਵਾਲੀ ਲੱਗੀ ਪੰਜਵਾਂ ਪੁਆਇੰਟ ਜਿਹੜਾ ਹੈਗਾ ਜੀ ਸਾਡਾ ਸਮਾਜਿਕ ਆਲੋਚਨਾ ਅਸਾਂ ਸਿੰਘ ਸਿੱਖੋ ਕਹਿੰਦੇ ਆ ਕਿ ਜਿਹੜੀ ਕਵਤਾ ਹੈ ਉਸ ਨੇ ਜੇਕਰ ਸਮਾਜਿਕ ਆਲੋਚਨਾ ਹੀ ਨਹੀਂ ਕਰਨੀ ਤਾਂ ਉਸ ਕਵਤਾ ਦਾ ਕੋਈ ਫਾਇਦਾ ਨਹੀਂ ਸਮਾਜਿਕ ਆਲੋਚਨਾ ਦਾ ਮਤਲਬ ਇਹ ਹੈ ਕਿ ਸਮਾਜ ਦੇ ਵਿੱਚ ਜੋ ਪਰੰਪਰਾਵਾਂ ਜੋ ਰੀਤਾਂ ਚੱਲ ਰਹੀਆਂ ਹਨ ਜੇਕਰ ਕਵਤਾ ਉਹਨਾਂ ਨੂੰ ਤੋੜਦੀ ਨਹੀਂ ਤਾਂ ਇਹਦਾ ਮਤਲਬ ਕੋਈ ਜ਼ਿਆਦਾ ਉੱਚ ਪਾਇਦੀ ਕਵਤਾ ਨਹੀਂ ਹੈਗੀ ਤਾਂ ਉਹ ਕਹਿੰਦੇ ਆ ਕਿ ਜਿਹੜੀ ਕਵਤਾ ਪ੍ਰਾਣੀਆਂ ਹੀ ਚੀਜ਼ਾਂ ਨੂੰ ਸਹੀ ਮੰਨ ਰਹੀ ਆ ਤਾਂ ਇਹਦਾ ਮਤਲਬ ਬਹੁਤ ਆਦਰਸ਼ਵਾਦੀ ਆ ਤੇ ਜੇਕਰ ਕਵਤਾ ਸਮਾਜ ਦਾ ਵਿਕਾਸ ਕਰ ਰਹੀ ਆ ਮੰਨ ਲਓ ਸਮਾਜ ਦੇ ਵਿੱਚ ਦਾਜ ਪ੍ਰਥਾ ਚੱਲ ਰਹੀ ਆ ਜਾਂ ਸਮਾਜ ਦੇ ਵਿੱਚ ਔਰਤਾਂ ਨੂੰ ਨੀਵਾਂ ਸਮਝਿਆ ਜਾਂਦਾ ਏ ਤਾਂ ਉੱਥੇ ਕਹਾਣੀਕਾਰ ਦਾ ਲੇਖਕ ਦਾ ਜਾਂ ਕਵੀ ਦਾ ਇਹ ਫਰਜ਼ ਬਣਦਾ ਏ ਕਿ ਉਹ ਸਮਾਜ ਨੂੰ ਇਹ ਦੱਸੇ ਕਿ ਔਰਤ ਵੀ ਤੁਹਾਡੇ ਬਰਾਬਰ ਦੀ ਇੱਕ ਇਨਸਾਨ ਹੈ ਜਾਂ ਔਰਤਾਂ ਤੋਂ ਬਿਨਾ 트ਾਂਸ ਜੈਂਡਰ ਹੈ ਜਾਂ ਐਲਜੀਬੀਟੀਕਯੂ ਦੇ ਜਿੰਨੇ ਵੀ ਮੈਂਬਰ ਨੇ ਇਹ ਸਾਰੇ ਵੀ ਇਨਸਾਨ ਨੇ ਤਾਂ ਇਹ ਇਸ ਤਰ੍ਹਾਂ ਦੀ ਨਵੀਂ ਗੱਲ ਲੋਕਾਂ ਨੂੰ ਦੱਸੇ ਤਾਂ ਹੀ ਉਹ ਕਵਤਾ ਵਧੀਆ ਹੋ ਸਕਦੀ ਹੈ ਤੇ ਕਵਤਾ ਨੂੰ ਸਮਾਜਿਕ ਆਲੋਚਨਾ ਕਰਨੀ ਚਾਹੀਦੀ ਹੈ ਕਿ ਸਮਾਜ ਦੇ ਵਿੱਚ ਜੋ ਜੋ ਵਾਪਰ ਰਿਹਾ ਹੈ ਕਵਤਾ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹਦੇ ਵਿੱਚ ਕੀ ਸਹੀ ਹੈ ਤੇ ਕੀ ਗਲਤ ਹੈ ਕੀ ਹੋਣਾ ਚਾਹੀਦਾ ਹੈ ਇਸ ਕਰਕੇ ਸੰਸਿੰਘ ਸੇਖੋਂ ਸਮਾਜਿਕ ਆਲੋਚਨਾ ਨੂੰ ਕਵਤਾ ਦਾ ਬਹੁਤ ਜ਼ਰੂਰੀ ਤੱਤ ਮੰਨਦੇ ਆ ਉਹ ਕਹਿੰਦੇ ਕਿ ਉਹਨਾਂ ਨੇ ਤਾਂ ਆਪਦੇ ਪਾਠਕਾਂ ਨੂੰ ਵੀ ਤੇ ਆਪਦੇ ਜਿਹੜੇ ਨਾਲ ਦੇ ਸਮਕਾਲੀ ਸਾਹਿਤਕ ਆਲੋਚਕ ਸੀਗੇ ਉਹਨਾਂ ਨੂੰ ਦੋ ਭਾਗਾਂ 'ਚ ਵੰਡਤਾ ਸੀ ਇੱਕ ਤਾਂ ਆਦਰਸ਼ਵਾਦੀ ਤੇ ਇੱਕ ਪਦਾਰਥਵਾਦੀ ਆਦਰਸ਼ਵਾਦੀ ਉਹਨਾਂ ਨੂੰ ਕਹਿੰਦੇ ਜਿਹੜੇ ਇਹ ਮੰਨਦੇ ਇੱਕ ਕਵਤਾ ਨੂੰ ਬਾਕੀ ਸਮਾਜ ਦੇ ਸਾਰੇ ਕੰਮਾਂ ਤੋਂ ਅੱਖਾਂ ਮੀਚ ਕੇ ਜਸਟ ਕਵਤਾ ਲਈ ਕਵਤਾ ਲਿਖਣੀ ਚਾਹੀਦੀ ਹੈ ਕਿ ਕਲਾ ਸਿਰਫ ਕਲਾ ਲਈ ਹੋਣੀ ਚਾਹੀਦੀ ਹੈ ਪਰ ਸੰਤ ਸਿੰਘ ਸੇਖੋ ਕਹਿੰਦੇ ਕਿ ਪਦਾਰਥਵਾਦੀ ਆਲੋਚਕ ਇਹ ਸੋਚਦੇ ਆ ਵੀ ਕਵਤਾ ਜਿਹੜੀ ਆ ਉਹ ਸਮਾਜ ਦੇ ਵਿਕਾਸ ਵਿੱਚ ਵੀ ਹਿੱਸਾ ਪਾਵੇ ਸਮਾਜ ਨੂੰ ਕੁਝ ਨਵਾ ਵੀ ਦਸੀ ਤਾਂ ਇਹ ਟੋਟਲ ਮਿਲਾ ਕੇ ਸਾਹਿਤ ਤੇ ਆਰਥ ਦੇ ਮੋٹے ਮੋٹے ਪਹਿਲੂ ਸੀਗੇ ਜਿਹੜੇ ਸਾਡੇ ਦਿਮਾਗ ਦੇ ਵਿੱਚ ਹੋਣੇ ਚਾਹੀਦੇ ਆ ਹਫਤਾ ਬਾਰੇ ਗੱਲ ਕਰਦੇ ਹਫਤਾ ਕਿਹੋ ਜੀ ਹੋਣੀ ਚਾਹੀਦੀ ਹੈ ਹਫਤਾ ਦਾ ਵਿਸ਼ਾ ਕੀ ਹੋਣਾ ਚਾਹੀਦਾ ਹੈ ਇੱਕ ਹਫਤਾ ਸੰਦੇਸ਼ ਕੀ ਦਿੰਦੀ ਹੋਣੀ ਚਾਹੀਦੀ ਹੈ ਇਹ ਸੰਸਿੰਘ ਸੇਖੋਹਰਾ ਨੇ ਸਾਹਿਤ ਯਾਰਤ ਦੇ ਵਿੱਚ ਦੱਸਿਆ ਅਗਲੀ ਕਿਤਾਬ ਸੰਸਿੰਘ ਸੇਖੋਹਰਾ ਦੀ ਹੈ ਉਸ ਦਾ ਨਾਮ ਹੈ ਪ੍ਰਸਿੱਧ ਪੰਜਾਬੀ ਕਵੀ ਠੀਕ ਹੈ ਤੁਹਾਡੇ ਲਈ ਕੰਮ ਇਹ ਹੈ ਕਿ ਤੁਸੀਂ ਇਹ ਪਤਾ ਕਰਨਾ ਦੇ ਪ੍ਰਸਿੱਧ ਪੰਜਾਬੀ ਕਵੀ ਦਾ ਰਚਨਾ ਕਾਲ ਕਿਹੜਾ ਹੈ ਜਾਂ ਕਿਹੜੇ ਸਾਲ ਦੇ ਵਿੱਚ ਛਾਪੀ ਗਈ ਸੀ ਇਹ ਕਲੀਅਰ ਹੈ ਕਿ ਸਾਇਤਿਆਰ ਤੋਂ ਬਾਅਦ ਇਹ ਛਾਪੀ ਗਈ ਸੀ ਤੇ ਸਾਇਤਿਆਰ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸੰਤ ਸਿੰਘ ਸੇਖੋਂ ਹੋਰੀ ਰਿਟਾਇਰ ਹੋ ਜਾਂਦੇ ਆ ਰਿਟਾਇਰ ਹੋਣ ਤੋਂ ਬਾਅਦ ਉਹ ਪ੍ਰਿੰਸੀਪਲੀ ਬਹੁਤ ਸਾਰੇ ਕਾਲਜਾਂ ਦੀ ਕਰਦੇ ਆ ਤਾਂ ਉਹਨਾਂ ਨੇ ਇੱਕ ਸੰਕਲਪ ਲਿਆ ਸੀ ਕਿ ਉਹ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣਗੇ ਪਰ ਉਹ ਨਹੀਂ ਲਿਖ ਸਕੇ ਤਾਂ ਪਰ ਉਹਨਾਂ ਨੇ ਹੋਰ ਬਹੁਤ ਸਾਰੀਆਂ ਮਹੱਤਵਪੂਰਨ ਪੁਸਤਕਾਂ ਸਾਡੇ ਸੰਮੁਖ ਕੀਤੀਆਂ ਜਿਨ੍ਹਾਂ ਚੋਂ ਪ੍ਰਸਿੱਧ ਪੰਜਾਬੀ ਕਵੀ ਉਹਨਾਂ ਨੇ ਲਿਖੀ ਆ ਤਾਂ ਇਹਦੇ ਵਿੱਚ ਜ਼ਿਕਰ ਹੈਗਾ ਜੀ 1700 ਤੋਂ ਲੈ ਕੇ 1850 ਈਸਵੀ ਤੱਕ ਦੇ ਪੰਜਾਬੀ ਕਵੀਆਂ ਦਾ ਕਹਿੰਦਾ ਭਾਵ ਕਿ ਇਹ ਗੁਰੂ ਗੋਬਿੰਦ ਸਿੰਘ ਹੋਰਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਜਿਹੜਾ ਕਾਲ ਹੈ ਉਸ ਦੀ ਗੱਲ ਇਹਦੇ ਵਿੱਚ ਉਹ ਕਰ ਰਹੇ ਆ ਤਾਂ ਵੇਖਣ ਜੀ ਕਿਤਾਬ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਕਿਸੇ ਦੀ ਬੀਏ ਸ਼੍ਰੇਣੀ ਦੇ ਲਈ ਇਹ ਲਿਖੀ ਹੋਵੇ ਇਹਦੇ ਵਿੱਚ ਇਹਨਾਂ ਕਵੀਆਂ ਦਾ ਜ਼ਿਕਰ ਹੈ ਤੇ ਨਾਲ ਦੀ ਨਾਲ ਉਹਨਾਂ ਬਾਰੇ 2 2 3 3 ਪੰਨਿਆਂ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਕਵਿਤਾਵਾਂ ਦੀ ਕਲੈਕਸ਼ਨ ਕੀਤੀ ਗਈ ਆ ਤਾਂ ਇਹਦੇ ਚ ਕਿਹੜੇ-ਕਿਹੜੇ ਕਮੀਆਂ ਦਾ ਜ਼ਿਕਰ ਹੈ ਉਹਦੇ ਚ ਅਸੀਂ ਗੱਲ ਕਰਾਂਗੇ Sufi ਦੀ ਕਿੱਸਾ ਤੇ ਬੀਰ ਇਹ ਤਿੰਨ ਪ੍ਰਕਾਰ ਦੇ ਕਵੀ ਉਹਨਾਂ ਨੇ ਲਏ ਹੋਏ ਆ ਇਸ ਕਿਤਾਬ ਦੇ ਵਿੱਚ ਤਾਂ ਉਹ ਕੀ ਕਹਿੰਦੀ ਆ ਕਿ ਗੁਰੂ ਕਰਦੇ ਕਿ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਦੇ ਸਮੇਂ ਤੋਂ ਬਾਅਦ ਕਵਤਾ ਜਿਹੜੀ ਉਹ ਸੰਸਾਰਕ ਰੁਚੀਆਂ ਵੱਲ ਮੁੜ ਗਈ ਆ ਧਰਮ ਵਾਲੇ ਖੇਤਰ ਚੋਂ ਬਾਹਰ ਨਿਕਲੇ ਆਈ ਆ ਤਾਂ ਇਨ੍ਹਾਂ ਦੇ ਵਿੱਚ ਉਹਨਾਂ ਨੇ ਗੱਲ ਮੇਨ ਤੌਰ ਤੇ ਬੁੱਲੇ ਸ਼ਾਹ ਬਾਰੇ ਵੀ ਕੀਤੀ ਹੈ ਤੇ ਹੀਰ ਬਾਰੇ ਵੀ ਕੀਤੀ ਹੈ ਕਿਉਂਕਿ ਹੀਰ ਜਿਹੜਾ ਏ ਉਸ ਸਮੇਂ ਦਾ ਬਹੁਤ ਮਹੱਤਵਪੂਰਨ ਇੱਕ ਸਾਹਿਤਿਕ ਕਿਰਤ ਸਾਡੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਵਿਚਾਰ ਜਾਣਾਂਗੇ ਬੁੱਲੇ ਸ਼ਾਹ ਬਾਰੇ ਕਿ ਬੁੱਲੇ ਸ਼ਾਹ ਬਾਰੇ ਉਹਨਾਂ ਦੇ ਉਹ ਕੀ ਕਹਿੰਦੇ ਆ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਬੁੱਲੇ ਸ਼ਾਹ ਨੇ ਕੋਈ ਬਹੁਤ ਉੱਚ ਪੱਧਰ ਦੀ ਕਵਤਾ ਨਹੀਂ ਲਿਖੀ ਹੈ ਕਿ ਉਹ ਕਹਿੰਦੇ ਆ ਕਿ ਜਿਸ ਵਕਤ ਬੁੱਲੇ ਸ਼ਾਹ ਕਵਤਾ ਲਿਖ ਰਿਹਾ ਸੀ ਉਸ ਵਕਤ ਮੁਗਲ ਰਾਜ ਦਾ ਪਤਨ ਹੋ ਰਿਹਾ ਸੀ ਇਸ ਕਰਕੇ ਇਹ ਸਾਰੇ ਸੂਫੀ ਕਵੀ ਆ ਜਿਹੜੇ ਉਹ ਉਪਰਾਮ ਸੀ ਇਸ ਗੱਲ ਤੋਂ ਉਹਨਾਂ ਨੂੰ ਇਸ ਗੱਲ ਦਾ ਦੁੱਖ ਸੀਗਾ ਦਿਲੋਂ ਇਸ ਕਰਕੇ ਉਹ ਬਹੁਤ ਮਰਿਆਦਾ ਪੰਚਕ ਗੱਲਾਂ ਜਿਹੜੀਆਂ ਸਮਾਜ ਦੀ ਮਰਿਆਦਾ ਭੰਨਣ ਵਾਲੀ ਹੈ ਕਰ ਰਹੇ ਸੀ ਸਾਰੇ ਜਾਣੇ ਤਾਂ ਬੁੱਲੇ ਸ਼ਾਹ ਨੂੰ ਤਾਂ ਇਹ ਤਾਂ ਕਹਿੰਦੇ ਆ ਕਿ ਉਹ ਭੰਗ ਪੀ ਕੇ ਗਲੀਆਂ ਦੇ ਵਿੱਚ ਘੁੰਮ ਰਹੇ ਸੀ ਇਹਨਾਂ ਨੇ ਸਮਾਜ ਦੇ ਵਿੱਚ ਕੋਈ ਉਸਾਰੂ ਕੰਮ ਨਹੀਂ ਕੀਤਾ ਕਿ ਉਹਨਾਂ ਨੇ ਸਿਰਫ ਵਿਗਾੜ ਪਾਇਆ ਲੋਕਾਂ ਦੀਆਂ ਮਰਿਆਦਾਵਾਂ ਦੇ ਵਿੱਚ ਤਾ ਕਹਿੰਦੇ ਕਿ ਬੁੱਲੇ ਸ਼ਾਹ ਨੂੰ ਇਸ ਗੱਲ ਦਾ ਕਿਉਂਕਿ ਦੁੱਖ ਸੀਗਾ ਇੱਕ ਤਾਂ ਤੇ ਉਹ ਜ਼ਿਕਰ ਵੀ ਕਰਦਾ ਏ ਤਾਂ ਉਦੋਂ ਫਿਰ ਉਹ ਉਹਨੇ ਕੀ ਕੀਤਾ ਕਿ ਆਪਦੀ ਸਾਰੀ ਫਰਸਟ੍ਰੇਸ਼ਨ ਜਿਹੜੀ ਆ ਆਪਦੀਆਂ ਕਵਾਲੀਆਂ ਦੇ ਵਿੱਚ ਕੱਢ ਦਿੱਤੀ ਐ ਉਹ ਉਹ ਇਸ ਗੱਲੋਂ ਦੁਖੀ ਸੀ ਕਿ ਮੁਗਲ ਰਾਜ ਕਿਉਂ ਜਾ ਰਿਹਾ ਏ ਤਾਂ ਫਿਰ ਉਹ ਗੱਲ ਕਰਦੇ ਆ ਹੀਰ ਦੀ ਹੀਰ ਕਿਉਂਕਿ ਉਸ ਵਕਤ ਦੀ ਪ੍ਰਸਿੱਧ ਰਚਨਾ ਹੈ ਵਾਰਿਸ ਸ਼ਾਹ ਨੇ ਇਸ ਨੂੰ ਲਿਖਿਆ ਏ ਤਾਂ ਉਹ ਕਹਿੰਦੇ ਕਿ ਹੀਰ ਕੋਈ ਇਨਕਲਾਬੀ ਕਵਤਾ ਨਹੀਂ ਹੈਗੀ ਕਿ ਹੀਰ ਨੂੰ ਉਹ ਪਾਂਜ ਦੀ ਕਹਾਣੀ ਕਹਿੰਦੇ ਆ ਤੁਸੀਂ ਇਸ ਨੂੰ ਯਾਦ ਰੱਖਣਾ ਹੈ ਪਾਂਜ ਦਾ ਮਤਲਬ ਹੁੰਦਾ ਭੱਜਣਾ ਕਹਿੰਦੇ ਹੀਰ ਤੇ ਰਾਂਝਾ ਜਿਹੜੇ ਆ ਉਹ ਵਿਆਹ ਤੋਂ ਭੱਜਣ ਵਾਲੇ ਜਿਹੜੇ ਨੌਜਵਾਨ ਆ ਉਸ ਦੇ ਵਿੱਚ ਦਿਖਾਏ ਗਏ ਆ ਨਾਲ ਦੀ ਨਾਲ ਉਹ ਇਹ ਕਹਿੰਦਾ ਕਿ ਵਾਰਸ ਜਿਹੜਾ ਉਹ ਰੋਮਾਂਟਿਕ ਸੁਧਾਰਕ ਬਣਦਾ ਹੈ ਉਹ ਕੋਈ ਇਨਕਲਾਬੀ ਨਹੀਂ ਹੈ ਤੇ ਨਾਲ ਦੀ ਨਾਲ ਜਿਹੜਾ ਸੰਸਿੰਘ ਸੇਖੂ ਆ ਉਹ ਇਹ ਆਸ ਕਰਦਾ ਵੀ ਰਾਂਝਾ ਜਿਹੜਾ ਹੈ ਉਸਨੇ ਸਿਰਫ ਹੀਰ ਵਾਸਤੇ ਜੋ ਵੀ ਐਕਸ਼ਨ ਕੀਤਾ ਏ ਇਸ ਪੂਰੀ ਕਹਾਣੀ ਦੇ ਵਿੱਚ ਸਿਰਫ ਹੀਰ ਨੂੰ ਪ੍ਰਾਪਤ ਕਰਨ ਲਈ ਕੀਤਾ ਏ ਤਾਂ ਉਹ ਚਾਹੁੰਦਾ ਸੀਗਾ ਕਿ ਕੋਈ ਇਨਕਲਾਬ ਵਾਲਾ ਕੰਮ ਕਰਦਾ ਕਰਦਾ ਰਾਂਝਾ ਪਰ ਸੰਸਿੰਘ ਸੇਖੂ ਇੱਥੇ ਇਸ ਗੱਲ ਦੀ ਭੁੱਲ ਕਰਦੇ ਆ ਕੇ ਰਾਂਝਾ ਜਿਹੜਾ ਏ ਉਹ ਹੀਰ ਰਾਂਝੇ ਦੀ ਕਹਾਣੀ ਦਾ ਇੱਕ ਕਰੈਕਟਰ ਹੈ ਇੱਕ ਮੇਨ ਕਰੈਕਟਰ ਹੈ ਉਹ ਨੇ ਕਹਾਣੀ ਦੇ ਅਨੁਸਾਰ ਹੀ ਕੰਮ ਕਰਨਾ ਕਿਉਂਕਿ ਉਹਨਾਂ ਦੀ ਮੁੱਖ ਸਮੱਸਿਆ ਉਹਨਾਂ ਦੇ ਵਿਆਹ ਦੀ ਹੀ ਸਮੱਸਿਆ ਹੈ ਇਸ ਕਰਕੇ ਪਰ ਉਹ ਉਸ ਤੋਂ ਇਨਕਲਾਬ ਦੀ ਆਸ ਲਈ ਬੈਠੇ ਹੈ ਜਿਹੜੀ ਕਿ ਹਾਸੂ ਹੀ ਨਹੀਂ ਗਲ ਪ੍ਰਤੀਕਿਤ ਹੁੰਦੀ ਹੈ ਤਾਂ ਅਸੀਂ ਉਸ ਤੋਂ ਕੋਈ ਇਹ ਆਸ ਨਹੀਂ ਕਰ ਸਕਦੇ ਕਿ ਕੋਈ ਸਮਾਜਿਕ ਬਦਲਾਵ ਕਰੂਗਾ ਉਸਨੇ ਕਿਹਾ ਕਿ ਹੀਰ ਦੀ ਕਹਾਣੀ ਬਸ ਟੋਟਲ ਮਲਾ ਕੇ ਸਿਰਫ ਪਾਂਜ ਦੀ ਕਹਾਣੀ ਹੈ ਇਹਦੇ ਵਿੱਚ ਸਿਰਫ ਵਿਆਜਬੰਦ ਤੋਂ ਭੱਜਣ ਵਾਲੀ ਗੱਲ ਹੈ ਇਹ ਸਮਾਜ ਦੇ ਵਿੱਚ ਕੋਈ ਨਵੀਂ ਪਰਤ ਪਾਉਣ ਵਾਲੀ ਗੱਲ ਨਹੀਂ ਹੈਗੀ ਇਹ ਸੰਸੰਗ ਸੇ ਕੋਰਾਂ ਦਾ ਸਮੁੱਚੇ ਕਿੱਸਾ ਕਾ ਬਾਰੇ ਵੀ ਇਹ ਵਿਚਾਰ ਰਿਹਾ ਕਿ ਉਹ ਪਾਂਜਵਾਦੀ ਨੌਜਵਾਨਾਂ ਦੀਆਂ ਕਹਾਣੀਆਂ ਹੀ ਨੇ ਤੀਜੀ ਕਿਤਾਬ ਬਾਰੇ ਅਸੀਂ ਗੱਲ ਕਰਾਂਗੇ ਜਿਸ ਦਾ ਨਾਮ ਹੈ ਪੰਜਾਬੀ ਕਾਵ ਸ਼ਰੂਮਣੀ ਠੀਕ ਹੈ ਐਮਏ ਪੰਜਾਬੀ ਦੇ ਵਿਦਿਆਰਥੀਆਂ ਨੂੰ ਜਿਹੜੇ ਛੋਟੇ ਪ੍ਰਸ਼ਨ ਆਉਂਦੇ ਆ ਉਹਦੇ ਵਿੱਚ ਪੁੱਛ ਲਿਆ ਜਾਂਦਾ ਹੈ ਸਾਹਿਤ ਯਾਰਤ ਤੋਂ ਬਿਨਾ ਸੰਤ ਸਿੰਘ ਸੇਖੋਂ ਹੋਰਾਂ ਦੀਆਂ ਦੋ ਹੋਰ ਆਲੋਚਨਾ ਕਿਤਾਬਾਂ ਦੇ ਨਾਮ ਲਿਖੋ ਤਾਂ ਇਸੇ ਤਰ੍ਹਾਂ ਦਾ ਬਿਲਕੁਲ ਪ੍ਰਸ਼ਨ ਤੁਹਾਨੂੰ ਯੂਜੀਸੀ ਨੈਟ ਦੇ ਵਿੱਚ ਵੀ ਬਣ ਸਕਦਾ ਹੈ ਕਿ ਕਿਉਂਕਿ ਸਾਹਿਤ ਯਾਰਤ ਤਾਂ ਸਭ ਨੂੰ ਰੱਟੇ ਲੱਗੀ ਹੁੰਦੀ ਹੈ ਕਿ ਉਹਨਾਂ ਨੇ ਆਲੋਚਨਾ ਦੀ ਕਿਤਾਬ ਲਿਖੀ ਹੈ ਪਰ ਇਸ ਤੋਂ ਬਾਅਦ ਜਿਹੜੀ ਉਹਨਾਂ ਦੀਆਂ ਕਿਤਾਬਾਂ ਉਸ ਦੇ ਬਾਰੇ ਅਸੀਂ ਅਨ ਇੰਪੋਰਟੈਂਟ ਸਮਝ ਕੇ ਉਹਨਾਂ ਨੂੰ ਛੱਡ ਦਿੰਨੇ ਆ ਪਰ ਤੁਹਾਨੂੰ ਇਹ ਯਾਦ ਹੋਣੀਆਂ ਚਾਹੀਦੀਆਂ ਤਾਂ ਇਹ ਜਿਹੜੀ ਕਿਤਾਬ ਹੈ ਇਹਦੇ ਵਿੱਚ ਉਹਨਾਂ ਨੇ ਕੀ ਕੀਤਾ ਗੁਰਬਾਣੀ ਦਾ ਅਧਿਐਨ ਵਿਸ਼ਲੇਸ਼ਣ ਕੀਤਾ ਇੱਕ ਗੱਲ ਹੋਰ ਕਿ ਸੰਤ ਸਿੰਘ ਸੇਖੋਂ ਭਲਾ ਕੇ ਮਾਰਕਸਵਾਦੀ ਸੀਗੇ ਪਰ ਉਹਨਾਂ ਨੇ ਗੁਰਬਾਣੀ ਨੂੰ ਬਹੁਤ ਚੰਗੀ ਤਰ੍ਹਾਂ ਨੇਠ ਕੇ ਪੜਿਆ ਬਾਚਿਆ ਸੀਗਾ ਤੇ ਉਸ ਦੇ ਬਾਰੇ ਆਪਣੀਆਂ ਟਿੱਪਣੀਆਂ ਵੀ ਪੇਸ਼ ਕੀਤੀਆਂ ਤਾਂ ਬਹੁਤ ਵਾਰੀ ਅੱਜ ਕੱਲ੍ਹ ਦੇ ਜਿਵੇਂ ਸਮਾਜ ਦੇ ਵਿੱਚ ਇੱਕ ਟ੍ਰੈਂਡ ਚੱਲਿਆ ਹੋਇਆ ਸੋਸ਼ਲ ਮੀਡੀਆ ਤੇ ਇੱਕ ਮਾਰਕਸਵਾਦ ਨੂੰ ਤੇ ਗੁਰਬਾਣੀ ਨੂੰ ਇੱਕ ਦੂਜੇ ਦੇ ਵਿਰੋਧੀ ਖੜਾ ਕਰ ਦਿੱਤਾ ਜਾਂਦਾ ਪਰ ਸਾਨੂੰ ਲੋੜ ਹੈ ਕਿ ਇੱਕ ਸੀ ਮਾਰਕਸਵਾਦ ਨੂੰ ਵੀ ਜਾਣੀਏ ਤੇ ਗੁਰਬਾਣੀ ਕਿਉਂਕਿ ਉਹ ਤਾਂ ਸਾਡੀ ਆਪਣੀ ਹੈ ਉਸ ਨੂੰ ਤੁਸੀਂ ਪਹਿਲ ਦੇ ਆਧਾਰ ਤੇ ਜਾਣੀਏ ਤੇ ਇੰਨਾ ਜਦੋਂ ਪੜਾਂਗੇ ਤੇ ਸਾਨੂੰ ਪਤਾ ਲੱਗੂ ਕਿ ਇਹ ਦੋਨੇ ਵਿਚਾਰਧਾਰਾਵਾਂ ਆਪਸ ਦੇ ਵਿੱਚ ਵਿਰੋਧੀ ਨਹੀਂ ਹਨ ਤਾਂ ਇਸ ਕਰਕੇ ਅ ਸੰਸਿੰਗ ਸੇਖੋਂ ਵੀ ਭਲਾਂ ਕੇ ਮਾਰਕਸਵਾਦੀ ਰਹੇ ਆ ਪਰ ਉਹਨਾਂ ਨੇ ਗੁਰਬਾਣੀ ਦਾ ਅਧਿਨ ਵਿਸ਼ਲੇਸ਼ਣ ਬਹੁਤ ਨਿੱਠ ਕੇ ਕੀਤਾ ਹੈ ਤਾਂ ਇਹਦੇ ਚ ਉਹ ਗੁਰੂ ਨਾਨਕ ਸਾਹਿਬ ਦੀ ਸਮਾਜਿਕ ਪੀੜ ਬਾਰੇ ਗੱਲ ਕਰਦੇ ਆ ਬਿਲਕੁਲ ਬੇਸਿਕਲੀ ਉਹੀ ਗੱਲ ਜਿਹੜੀ ਉਹਨਾਂ ਦੀ ਅਨੁਭਵ ਬਾਰੇ ਗੱਲ ਸੀਗੀ ਕਿ ਕਵੀ ਨੂੰ ਅ ਅਨੁਭਵ ਦੇ ਨਾਲ ਪੂਰੀ ਤਰ੍ਹਾਂ ਭਰਿਆ ਹੋਣਾ ਚਾਹੀਦਾ ਹੈ ਵੀ ਜਿਸ ਖੇਤਰ ਦਾ ਉਸ ਨੂੰ ਅਨੁਭਵ ਹੋਊਗਾ ਉਸ ਖੇਤਰ ਦੀ ਉਹ ਕਵਤਾ ਲਿਖ ਸਕਦਾ ਹੈ ਤਾਂ ਬਿਲਕੁਲ ਗੁਰੂ ਨਾਨਕ ਦੇ ਬਾਰੇ ਵੀ ਉਹੀ ਲਿਖਦੇ ਨੇ ਗੁਰੂ ਨਾਨਕ ਸਾਹਿਬ ਦੀ ਕਿਉਂਕਿ ਕਵਤਾ ਸਾਨੂੰ ਪਤਾ ਹੈ ਕਿ ਉਹ ਲੋਕਾਂ ਦੇ ਲਈ ਲਿਖੀ ਗਈ ਹੈ ਜਦੋਂ ਉਹ ਕਹਿੰਦੇ ਆ ਕਿ ਇੱਤੀ ਮਾਰ ਪਈ ਕੁਰਲਾਣਾ ਤਾਂ ਕਿ ਦਰਦ ਨਾ ਆਇਆ ਜੋ ਕਹਿੰਦੇ ਰਾਜੇ ਸ਼ੀ ਮਕਦਮ ਕੁੱਤੇ ਤਾਂ ਇਹਦਾ ਮਤਲਬ ਇਹ ਆ ਕਿ ਸਮਾਜ ਦੇ ਵਿੱਚ ਜੋ ਹੋ ਰਿਹਾ ਦੱਬੇ ਕੁਚਲੇ ਲੋਕਾਂ ਦੇ ਨਾਲ ਜੋ ਹੋ ਰਿਹਾ ਤਾਂ ਗੁਰੂ ਨਾਨਕ ਸਾਹਿਬ ਉਸ ਨੂੰ ਪੇਸ਼ ਕਰ ਰਹੇ ਆ ਕਿਉਂਕਿ ਉਸ ਵਕਤ ਮੁਗਲ ਸੀਗੇ ਸਾਡੇ ਜਿਹੜੇ ਰਾਜੇ ਮਹਾਰਾਜੇ ਸੀ ਇਸ ਕਰਕੇ ਇਹ ਗੱਲ ਮੁਗਲਾਂ ਦੇ ਰਾਜਿਆਂ ਦੇ ਵਿਰੁੱਧ ਵਿੱਚ ਜਾਂਦੀ ਆ ਤਾਂ ਇਤਿਹਾਸ ਸਿੰਘ ਸੇਖੋਂ ਇੱਕ ਟਿੱਪਣੀ ਕਰਦੇ ਆ ਕਿ ਇਹ ਸਮਾਜਿਕ ਪੀੜ ਨੂੰ ਜਿਹੜੇ ਪਾਕਿਸਤਾਨ ਵਾਲੇ ਆ ਉਹ ਹੋ ਸਕਦਾ ਘੱਟ ਮਹਿਸੂਸ ਕਰਦੇ ਹੋਣ ਜਾਂ ਘੱਟ ਹੀ ਮਹਿਸੂਸ ਕਰਦੇ ਆ ਪਰ ਗੁਰਨਾਣਕ ਦੀ ਸੱਚੀ ਇੰਨੀ ਜ਼ਿਆਦਾ ਸਮਾਜਿਕ ਪੀੜ ਸੱਚੀ ਹੈ ਕਿ ਉਸ ਨੂੰ ਪਾਕਿਸਤਾਨ ਦੇ ਬੁੱਧੀਜੀਵੀ ਵੀ ਇਨਕਾਰ ਨਹੀਂ ਸਕਦੇ ਤਾਂ ਫਿਰ ਦੂਜੀ ਗੱਲ ਉਹ ਕਰਦੇ ਆ ਸ਼ੇਖ ਫਰੀਦ ਬਾਰੇ ਸ਼ੇਖ ਫਰੀਦ ਬਾਰੇ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਆ ਉਹ ਵਿਰੋਧੀ ਰੂਪ ਚ ਪੇਸ਼ ਕੀਤੇ ਉਹ ਕਹਿੰਦੇ ਕਿ ਸ਼ੇਖ ਫਰੀਦ ਦੇ ਸਾਰੇ ਸ਼ਲੋਕਾਂ ਨੂੰ ਖੋਣ ਤੋਂ ਬਾਅਦ ਇਹ ਪਤਾ ਲੱਗਦਾ ਕਿ ਸ਼ੇਖ ਫਰੀਦ ਉਸ ਵਕਤ ਦੇ ਰਾਜੇ ਦੇ ਹੱਕ ਵਿੱਚ ਬੁਖਤ ਰਹੇ ਆ ਕਹਿੰਦੇ ਕਿ ਸ਼ੇਖ ਫਰੀਦ ਦੇ ਵਿਚਾਰ ਜਿਹੜੇ ਉਹ ਬਿਲਕੁਲ ਸਿਸਟਮ ਜਿਹੜਾ ਉਸ ਵਕਤ ਦਾ ਚੱਲ ਰਿਹਾ ਉਸ ਨੂੰ ਚਲਾਉਣ ਦੇ ਹੱਕ 'ਚ ਆ। ਜਦੋਂ ਸ਼ੇਖ ਫਰੀਦ ਦੇ ਉਹ ਗੱਲ ਕਰਦੇ ਆ ਚਿੰਤ ਫਰੀਦਾ ਚਿੰਤ ਟੋਲਾ ਵਾਣ ਦੁੱਖ ਵਾਲੇ ਸਲੋਕ ਦੀ ਨਾਲ ਦੀ ਨਾਲ ਉਹ ਗੱਲ ਕਰਦੇ ਫਰੀਦਾ ਜੇ ਤਨ ਮਾਰਨ ਮੁਖੀਆਂ ਤਿਨਾਂ ਨੇ ਮਾਰੇ ਕੌਮੋ ਕਹਿੰਦਾ ਕਿ ਸ਼ੇਖ ਫਰੀਦ ਕਹਿ ਰਹੇ ਆ ਕਿ ਤੁਹਾਨੂੰ ਜਿਹੜਾ ਇਹ ਸਿਸਟਮ ਦੇ ਵਿਰੋਧ ਜਾਂ ਤੁਹਾਡੇ ਉੱਤੇ ਜੋ ਜ਼ੁਲਮ ਟਾਏ ਜਾ ਰਹੇ ਆ ਉਹਦੇ ਵਿਰੋਧ ਨਹੀਂ ਬੋਲਣਾ ਚਾਹੀਦਾ। ਇਸ ਕਰਕੇ ਸ਼ੇਖ ਫਰੀਦ ਉਸ ਵਕਤ ਦੇ ਰਾਜੇ ਦੇ ਹੱਕ ਦੇ ਵਿੱਚ ਪੁਕਤ ਗਿਆ ਇਹ ਸੰਸੰਸਿਕ ਹੋਰਾਂ ਦਾ ਉਹਨਾਂ ਬਾਰੇ ਵਿਚਾਰ ਫਿਰ ਵੀ ਉਹ ਅਖੀਰ ਦੇ ਵਿੱਚ ਇਹ ਲਿਖ ਸਕ ਜਾਂਦੇ ਆ ਕਿ ਕਿਉਂਕਿ ਸ਼ੇਖ ਫਰੀਦ ਹੋਰਾਂ ਦੀ ਬਾਣੀ ਨੂੰ ਸਾਡੇ ਗੁਰੂ ਕਵੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਦਿੱਤੀ ਇਸ ਲਈ ਸਾਡੇ ਲਈ ਉਹ ਸਤਕਾਰਯੋਗ ਹੈ ਪਰ ਇਹ ਉਹਦੀਆਂ ਆਪਾ ਵਿਰੋਧੀ ਟਿੱਪਣੀਆਂ ਵੀ ਪ੍ਰਤੀਤ ਹੁੰਦੀਆਂ ਨੇ ਕਿਉਂਕਿ ਉਹ ਇੱਕ ਤੁਰੇ ਦੀ ਗੱਲ ਨਹੀਂ ਕਰ ਰਿਹਾ ਪਰ ਟੋਟਲ ਮਿਲਾ ਕੇ ਉਹ ਸ਼ੇਖ ਫਰੀਦ ਨੂੰ ਇਹ ਸੰਬੰਧ ਸਾਥ ਸਥਾਪਿਤ ਕਰਦਾ ਹੈ ਕਿ ਸ਼ੇਖ ਫਰੀਦ ਦੇ ਸੰਬੰਧ ਉਸ ਵਕਤ ਦੇ ਰਾਜਿਆਂ ਦੇ ਨਾਲ ਰਿਸ਼ਤੇਦਾਰੀ ਵਾਲੇ ਵੀ ਸਨ ਇਸ ਕਰਕੇ ਉਹਨਾਂ ਨੇ ਲੋਕਾਂ ਨੂੰ ਜਿਵੇਂ ਦੇ ਤਿਵੇਂ ਬਣੀ ਰਹਿਣ ਦੀ ਗੱਲ ਕੀਤੀ ਹੈ ਵੀ ਹਾਕਮਾਂ ਦੇ ਪੱਖ ਦੀ ਉਹਦੀ ਸਾਰੀ ਬਾਣੀ ਜਿਹੜੀ ਉਹ ਭੁਗਤ ਜਾਂਦੀ ਹੈ ਨਾਲ ਦੀ ਨਾਲ ਕਿ ਉਹ ਆਮ ਲੋਕਾਂ ਨੂੰ ਸਿਰਫ ਮਵਾਦਾ ਡਰ ਦੇ ਰਹੇ ਆ ਲੋਕਾਂ ਨੂੰ ਨਿਰਾਸ਼ ਕਰ ਰਹੇ ਆ ਨਕਾਰਾਤਮਕ ਪ੍ਰਭਾਵ ਪਾ ਰਹੇ ਆ ਇਸ ਤਰ੍ਹਾਂ ਦੀਆਂ ਕੁਝ ਟਿੱਪਣੀਆਂ ਉਹ ਸ਼ੇਖ ਫਰੀਦ ਬਾਰੇ ਆਪਣੀ ਪੰਜਾਬੀ ਕਾਵਿ ਸ਼੍ਰੋਮਣੀ ਦੇ ਵਿੱਚ ਕਰਦੇ ਆ ਕਿਤਾਬ ਉਹਨਾਂ ਦੀ ਹੈ ਭਾਈ ਵੀਰ ਸਿੰਘ ਤੇ ਉਹਨਾਂ ਦਾ ਯੁੱਗ ਤੇ ਨਾਲ ਦੀ ਨਾਲ ਇਹ ਕਿਤਾਬ ਭਾਈ ਵੀਰ ਸਿੰਘ ਤੇ ਉਹਨਾਂ ਦੀ ਰਚਨਾ ਨਾਮ ਹੇਟ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ ਪਹਿਲਾ ਇਹ ਯੁੱਗ ਨਾਮ ਇਹਠੀ ਪ੍ਰਕਾਸ਼ਿਤ ਹੋਈ ਸੀ 1972 ਇਸ ਦਾ ਪ੍ਰਕਾਸ਼ਨ ਵਰਾਇ ਤਾਂ ਇਹਦੇ ਵਿੱਚ ਭਾਈ ਵੀਰ ਸਿੰਘ ਹੁਰਾ ਨੂੰ ਪਾਏ ਜਿਹੜੇ ਸਾਡੇ ਸੰਸ ਸਿੰਘ ਸਿੱਖ ਹੋਣੇ ਉਹ ਕਹਿੰਦੇ ਆ ਕਿ ਉਹ ਇੱਕ ਯੁੱਗ ਸਿਰਜਕ ਪੁਰਸ਼ ਸੀਗੇ ਉਹ ਹੈਰਾਨੀ ਦੇ ਨਾਲ ਇਹ ਗੱਲ ਲਿਖਦੇ ਆ ਕਿ ਆਮ ਤੌਰ ਤੇ ਸਭਿਆਤਾਵਾਂ ਨੂੰ ਜਾਂ ਕਿਸੇ ਖਿੱਤੇ ਨੂੰ ਬਦਲਣ ਵਾਲੇ ਉਥੋਂ ਦੇ ਨੇਤਾ ਹੁੰਦੇ ਆ ਜਾਂ ਕੋਈ ਕ੍ਰਾਂਤੀਕਾਰੀ ਵਿਅਕਤੀ ਹੁੰਦਾ ਹੈ ਪਰ ਪੰਜਾਬੀ ਦੀ ਇਹ ਖੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਇੱਕ ਸਾਹਿਤਕਾਰ ਦੇ ਤੌਰ ਤੇ ਨਵ ਯੁੱਗ ਸਜਤਰਣ ਵਾਲਾ ਬੰਦਾ ਮਿਲਿਆ ਜ ਜਿਹਦੇ ਵਿੱਚ ਉਹ ਗੱਲ ਕਰਦੇ ਕਿ ਭਾਈ ਵੀਰ ਸਿੰਘ ਹੋਰਾਂ ਨੇ ਨਾ ਸਿਰਫ ਸਾਹਿਤ ਦੇ ਵਿੱਚ ਕ੍ਰਾਂਤੀ ਲੈ ਕੇ ਆਂਦੀ ਹੈ ਕਿਉਂਕਿ ਭਾਈ ਵੀਰ ਸਿੰਘ ਤੋਂ ਸ਼ੁਰੂਆਤ ਹੁੰਦੀ ਹੈ ਨਵੇਂ ਸਾਹਿਤ ਦੀ ਨਵੀਂ ਕਵਤਾ ਦੀ ਪਹਿਲੀ ਵਾਰ ਹੀ ਭਾਈ ਵੀਰ ਸਿੰਘ ਨਾਵਲ ਲਿਖਦੇ ਆ ਪਹਿਲੀ ਵਾਰ ਭਾਈ ਵੀਰ ਸਿੰਘ ਛੋਟੀ ਕਵਤਾ ਲਿਖਦੇ ਆ ਇਸ ਤੋਂ ਪਹਿਲਾਂ ਇਹ ਵਿਦਾ ਪੰਜਾਬੀ ਦੇ ਵਿੱਚ ਨਹੀਂ ਸੀ ਤਾਂ ਇਸ ਕਰਕੇ ਸੰਸਿੰਗ ਸੇਖੋ ਭਾਈ ਵੀਰ ਸਿੰਘ ਹੋਰਾਂ ਨੂੰ ਸਲਾਉਂਦੇ ਆ ਕਿ ਉਹਨਾਂ ਨੇ ਯੁੱਗ ਸਿਰਜਕ ਦੇ ਤੌਰ ਤੇ ਨਵੇਂ ਯੁੱਗ ਸਿਰਜਕ ਦੇ ਤੌਰ ਤੇ ਕੰਮ ਕੀਤਾ ਹੈ ਤਾਂ ਟੋਟਲ ਮਿਲਾ ਕੇ ਇਹ ਕਿਤਾਬ ਜਿਹੜੀ ਸਾਰੀ ਭਾਈ ਵੀਰ ਸਿੰਘ ਤੇ ਉਹਨਾਂ ਦੀ ਰਚਨਾ ਦੀ ਵਿਆਖਿਆ ਐ ਵਿਸਲੇਸ਼ਨ ਕਰਦੀ ਹੈ ਉਹਨਾਂ ਨੇ ਕੱਲੀ-ਕੱਲੀ ਭਾਈ ਵੀਰ ਸਿੰਘ ਦੀ ਰਚਨਾ ਦੇ ਉੱਤੇ ਟਿੱਪਣੀ ਕੀਤੀ ਹੈ ਤੇ ਬਹੁਤ ਮੁੱਲਵਾਨ ਕਿਤਾਬ ਪੰਜਾਬੀ ਸਾਹਿਤ ਚ ਪ੍ਰਾਪਤ ਹੁੰਦੀ ਆ। ਤੋਂ ਵੀਡੀਓ ਦਾ ਇਹ ਭਾਗ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਣ ਵਾਲਾ ਹੈ। ਤੁਸੀਂ ਇਸ ਨੂੰ ਧਿਆਨ ਨਾਲ ਸੁੰਨਾ ਸਮਝਣਾ ਹੀ ਵੀਡੀਓ ਤੁਹਾਨੂੰ ਪਹਿਲੀ ਵਾਰ ਚ ਔਖੀ ਵੀ ਲੱਗ ਸਕਦੀ ਹੈ ਪਰ ਇਹ ਤੁਹਾਡੇ ਲਈ ਇੰਨੀ ਜ਼ਿਆਦਾ ਇੰਪੋਰਟੈਂਟ ਵੀਡੀਓ ਹੈ ਕਿ ਇਸ ਵੀਡੀਓ ਦੇ ਵਿੱਚੋਂ ਬਹੁਤ ਸਾਰੇ ਪ੍ਰਸ਼ਨ ਬਣਨ ਦੀ ਸੰਭਾਵਨਾ ਹੈ ਪਹਿਲੇ ਨੰਬਰ ਤੇ ਸੰਤ ਸਿੰਘ ਸੇਕੋਹਰਾਂ ਦੀ ਵਿਚਾਰਧਾਰਕ ਪਹੁੰਚ ਬਾਰੇ ਪ੍ਰਸ਼ਨ ਬਣ ਸਕਦਾ ਦੂਜੇ ਨੰਬਰ ਤੇ ਸੰਤ ਸਿੰਘ ਸੇਕੋਹਰਾਂ ਦੀਆਂ ਕਿਰਤਾਂ ਬਾਰੇ ਪ੍ਰਸ਼ਨ ਬਣ ਸਕਦਾ ਹੈ ਤੀਜੇ ਤੇ ਤੁਹਾਨੂੰ ਪ੍ਰਸ਼ਨ ਬਣ ਸਕਦਾ ਸੰਤ ਸਿੰਘ ਸੇਕੋਹਰਾਂ ਦੀਆਂ ਟਿੱਪਣੀਆਂ ਬਾਰੇ ਜਿਹੜੀਆਂ ਉਹਨਾਂ ਨੇ ਹੋਰ ਲੇਖਕਾਂ ਬਾਰੇ ਕੀਤੀਆਂ ਇਸ ਕਰਕੇ ਇਸ ਵੀਡੀਓ ਨੂੰ ਜੇਕਰ ਤੁਹਾਨੂੰ ਪਹਿਲੀ ਵਾਰ ਦਿਮਾਗ 'ਚ ਨਹੀਂ ਪੈ ਰਹੀ ਤਾਂ ਇਸ ਨੂੰ ਦੋ ਵਾਰੀ ਤਿੰਨ ਵਾਰੀ ਜ਼ਰੂਰ ਦੇਖੋ ਕਿਉਂਕਿ ਇਹ ਵੀਡੀਓ ਕਈ ਕਿਤਾਬਾਂ ਦੇ ਨਿਚੋੜ ਦਾ ਸਿੱਟਾ ਹੈ ਤਾਂ ਤੁਹਾਡੀ ਬਹੁਤ ਸਾਰੀ ਮਿਹਨਤ ਬਚ ਵੀ ਜਾਊਗੀ ਤੇ ਇਹ ਵੀਡੀਓ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ ਤਾਂ ਅਸੀਂ ਗੱਲ ਕਰ ਰਹੇ ਸੀ ਸੰਤ ਸਿੰਘ ਸੇਖੋਹੁਰਾਂ ਦੀ ਤਾਂ ਸੰਤ ਸਿੰਘ ਸੇਖੋਹੁਰਾਂ ਨੇ ਬਹੁਤ ਸਾਰੀਆਂ ਟਿੱਪਣੀਆਂ ਜਿਹੜੀਆਂ ਉਹ ਰਚਨਾਕਾਰਾਂ ਤੇ ਤੇ ਰਚਨਾ ਕਾਲ ਤੇ ਤੇ ਇਥੋਂ ਤੱਕ ਕਿ ਵਿਧਾਵਾਂ ਤੇ ਵੀ ਕੀਤੀਆਂ ਉਹਨਾਂ ਨੇ ਬੀਰ ਕਾਵ ਤੇ ਸੂਫੀ ਕਾਵ ਤੇ ਕਿੱਸਾ ਕਾਵ ਤੇ ਲੋਕ ਸਾਹਿਤ ਬਾਰੇ ਅਲੱਗ-ਅਲੱਗ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਿਨ੍ਹਾਂ ਚੋਂ ਪ੍ਰਸ਼ਨ ਬਣਦਾ ਹੁੰਦਾ ਆਮ ਹੀ ਸਾਨੂੰ ਪੁੱਛ ਲਿਆ ਜਾਂਦਾ ਹੈ ਕਿ ਸੰਤ ਸਿੰਘ ਸੇਕੋਂ ਹੋਰਾਂ ਨੇ ਲੋਕ ਸਾਹਿਤ ਨੂੰ ਕਿਹੜਾ ਸਾਹਿਤ ਕਿਹਾ ਤਾਂ ਇਸ ਦਾ ਜਵਾਬ ਆਊਗਾ ਲੋਕ ਉਸ ਨੂੰ ਇਸ ਨੇ ਨਿਮਨ ਸਾਹਿਤ ਕਿਹਾ ਸੀਗਾ ਤੇ ਇਸ ਤਰ੍ਹਾਂ ਬਹੁਤ ਸਾਰੇ ਸਾਹਿਤ ਨੇ ਜਿਨ੍ਹਾਂ ਨੂੰ ਇਹਨਾਂ ਨੇ ਕਿਸੇ ਨਾ ਕਿਸੇ ਨਾਮ ਨਾਲ ਪੁਕਾਰਿਆ ਹੈ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਬਹੁਤ ਸਾਰੇ ਵਿਦਿਆਰਥੀ ਇਹ ਤਾਂ ਯਾਦ ਕਰ ਲੈਂਦੇ ਆ ਕਿ ਉਹਨਾਂ ਨੇ ਲੋਕ ਸਾਇਤ ਨੂੰ ਨਿਮਨ ਸਾਇਤ ਕਿਆ ਜਾਂ ਗੁਰਮਤ ਸਾਇਤ ਨੂੰ ਉਹਨਾਂ ਨੇ ਪ੍ਰਾਸ ਐਤ ਕਿਆ ਪਰਸਾਂ ਨੂੰ ਇਸ ਦੇ ਪਿੱਛੇ ਦਾ ਕਾਰਨ ਨਹੀਂ ਪਤਾ ਹੁੰਦਾ ਕਿ ਸੰਸਿੰਘ ਸਿੱਖ ਹੋਰਾਂ ਨੇ ਇਹ ਗੱਲ ਜਾਂ ਇਹ ਟਿੱਪਣੀ ਕਿਉਂ ਕੀਤੀ ਸੀ ਤਾਂ ਇਹ ਜਿਹੜਾ ਪੂਰਾ ਚਾਰਟ ਤੁਹਾਨੂੰ ਨਜ਼ਰ ਆ ਰਿਹਾ ਏ ਇਸ ਦੇ ਵਿੱਚ ਅਸੀਂ ਇਹ ਗੱਲਾਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਇਹ ਚਾਰਟ ਲਗਭਗ 40-50 ਪੰਨਿਆਂ ਨੂੰ ਪੜਨ ਦਾ ਸੱਟਾ ਏ ਤਾਂ ਇਸ ਕਰਕੇ ਤੁਸੀਂ ਇਸ ਨੂੰ ਧਿਆਨ ਨਾਲ ਸੁਣਨਾ ਹੈ ਤੇ ਨੋਟ ਵੀ ਕਰ ਲੈਣਾ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿੱਸਾ ਕਾਬਾਰੇ ਕਿ ਕਿੱਸਾ ਕਾਬਾਰੇ ਉਹ ਕੀ ਕਹਿੰਦੇ ਸੀ ਕਿੱਸਾ ਕਾਬਾਰੇ ਜਿਵੇਂ ਪਿੱਛੇ ਗੱਲ ਕਰਕੇ ਆਏ ਆ ਕਿ ਉਸ ਨੇ ਪਹਿਲਾਂ ਤੁਸੀਂ ਨੋਟ ਕਰ ਲਓ ਕਿ ਇਸ ਨੂੰ ਅਣਸਾਇਤ ਕਿਆ ਅਣਸਾਇਤ ਇਸ ਲਈ ਕਿਆ ਕਿਉਂਕਿ ਉਹਨਾਂ ਨੂੰ ਲੱਗਦਾ ਨਹੀਂ ਸੀ ਕਿ ਕਿੱਸਾ ਕਾਬ ਦੇ ਵਿੱਚ ਕੁਝ ਕੱਢਣ ਪਉਣ ਨੂੰ ਹੈਗਾ ਉਹ ਕਹਿੰਦੇ ਸੀ ਕਿ ਕਿੱਸਾ ਕਾਬ ਜਿਹੜਾ ਹੈਗਾ ਜੀ ਉਹ ਪਾਂਜ ਦੀ ਕਹਾਣੀ ਹੈ ਖਾਸ ਤੌਰ ਤੇ ਹੀਰ ਨੂੰ ਧਿਆਨ ਚ ਰੱਖ ਕੇ ਕਹਿ ਰਹੇ ਸੀ ਕਹਿੰਦੇ ਕਿ ਰਾਂਝਾ ਆਪ ਦੇ ਘਰੋਂ ਭੱਜਦਾ ਏ ਕਿਉਂਕਿ ਉਸ ਨਾਲ ਕਾਣੀ ਵੰਡ ਹੋ ਜਾਂਦੀ ਆ ਇਸ ਤੋਂ ਬਾਅਦ ਉਨਾਂ ਨੂੰ ਸਮਾਜ ਤੋਂ ਭੱਜਣਾ ਪੈਂਦਾ ਹੈ ਕਿਉਂਕਿ ਹੀਰ ਦਾ ਤੇ ਰਾਂਝੇ ਦਾ ਜਿਹੜਾ ਰਿਸ਼ਤਾ ਉਹ ਪ੍ਰਵਾਨ ਨਹੀਂ ਕੀਤਾ ਜਾਂਦਾ। ਇਸ ਕਰਕੇ ਵੀ ਉਹ ਕਹਿੰਦਾ ਇਹ ਸਿਰਫ ਅੰਸ਼ਿਕ ਬਗਾਵਤ ਹੈ। ਅੰਸ਼ਿਕ ਬਗਾਵਤ ਮਤਲਬ ਉਹ ਸਿਰਫ ਵਿਆਹ ਵਾਲੇ ਜਿਹੜਾ ਪ੍ਰਬੰਧ ਆ ਉਸ ਤੋਂ ਭੱਜਦੇ ਆ। ਹੋਰ ਉਹ ਕੋਈ ਇਨਕਲਾਬ ਨਹੀਂ ਕਰਦੇ ਤੇ ਨਾਲ ਦੀ ਨਾਲ ਉਹ ਵਾਰਿਸ ਸ਼ਾਹ ਬਾਰੇ ਕਹਿ ਰਿਹਾ ਕਿ ਵਾਰਿਸ ਸ਼ਾਹ ਕੋਈ ਇਨਕਲਾਬੀ ਕਵੀ ਨਹੀਂ ਹੈਗਾ। ਕਿ ਵਾਰਿਸ ਸਿਰਫ ਇੱਕ ਰੋਮਾਂਟਿਕ ਸੁਧਾਰਕ ਸੀਗਾ ਕਿ ਇੱਕ ਬਹੁਤ ਸੋਹਣੀ ਉਹਨੇ ਕਵਤਾ ਲਿਖੀ ਹੈ। ਬਹੁਤ ਸੋਹਣੇ ਬਿੰਬ ਸਿਰਜੇ ਆ ਉਹਦੇ ਵਿੱਚ। ਤਾਂ ਉਹ ਸੁਧਾਰ ਕਰਨਾ ਚਾਹੁੰਦਾ ਸੀ ਸਮਾਜ ਦਾ ਪਰ ਉਹ ਕੋਈ ਇਨਕਲਾਬ ਨਹੀਂ ਪੇਸ਼ ਕਰ ਸਕਿਆ ਤਾਂ ਇੱਥੇ ਸੰਸਿੰਘ ਸੇਖੋਂ ਟਪਲਾ ਖਾ ਜਾਂਦੇ ਆ ਸਾਹਿਤ ਅਲੋਚਨਾ ਦੇ ਵਿੱਚ ਜਦੋਂ ਉਹ ਸਾਹਿਤ ਦੀ ਕਿਰਤ ਦੀ ਗੱਲ ਕਰਨ ਦੀ ਥਾਂ ਤੇ ਰਚਨਾਕਾਰ ਦੀ ਪਰਸਨਲ ਜ਼ਿੰਦਗੀ ਤੇ ਟਿੱਪਣੀਆਂ ਕਰਨ ਲੱਗ ਜਾਂਦੇ ਆ ਜਿਵੇਂ ਉਹਨਾਂ ਨੇ ਹੀਰ ਦੀ ਗੱਲ ਕਰਨ ਦੀ ਥਾਂ ਤੇ ਇੱਥੇ ਵਾਰਿਸ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਕਿ ਵਾਰਿਸ ਕੀ ਸੋਚਦਾ ਸੀ ਕਿਉਂ ਸੋਚਦਾ ਸੀ ਉਹ ਇਹ ਵੀ ਕਹਿ ਰਿਹਾ ਕਿ ਵਾਰਿਸ ਦੇ ਆਪਣੇ ਅਧੂਰੇ ਇਸ਼ਕ ਦੀ ਫ੍ਰਸਟ੍ਰੇਸ਼ਨ ਹੀ ਹੈ ਇੱਕ ਸਾਹ ਦੀ ਤਾਂ ਇੱਥੇ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਸਿਰਫ ਹੀਰ ਰਾਂਝੇ ਦੀ ਰਚਨਾ ਬਾਰੇ ਜਿਦੇ ਵਿੱਚ ਦੋ ਮੁੱਖ ਪਾਤਰ ਹੈ ਉਹ ਸਮਾਜ ਦੀ ਵਿਆਹ ਪ੍ਰਬੰਧ ਵਾਲੀ ਸਰੰਚਨਾ ਦੇ ਨਾਲ ਲੜ ਰਹੇ ਹੈ ਪਰ ਇਹਦੀ ਥਾਂ ਤੇ ਉਹ ਰਚਨਾਕਾਰ ਤੇ ਕੇਂਦਰਿਤ ਹੋ ਕੇ ਉਹ ਸਬੰਧਤ ਟਿੱਪਣੀਆਂ ਕਰਦੇ ਜਾਂਦੇ ਆ ਬਿਲਕੁਲ ਸੇਮ ਉਹਨਾਂ ਨੇ ਬੁੱਲੇ ਸ਼ਾਹ ਦੇ ਆਲੋਚਨਾ ਕਰਨ ਵੇਲੇ ਕੀਤਾ ਹੈ ਇਹ ਕਹਿ ਰਿਹਾ ਕਿ ਵਾਇਰਸ ਇਨਕਲਾਬੀ ਨਹੀਂ ਹੈਗਾ ਪਰ ਸਾਡੇ ਜਿਹੜੇ ਕਿਸ਼ਨ ਸਿੰਘ ਆਲੋਚਕ ਹੈ ਇਸ ਤੋਂ ਬਾਅਦ ਉਹਨਾਂ ਬਾਰੇ ਵੀ ਅਸੀਂ ਵੀਡੀਓ ਡਿਟੇਲ ਦੇ ਵਿੱਚ ਲੈ ਕੇ ਆਵਾਂਗੇ ਉਹ ਵੀ ਮਾਰਕਸਵਾਦੀ ਆਲੋਚਕ ਹੈ ਜਿਨ੍ਹਾਂ ਨੇ ਗੁਰਬਾਣੀ ਦੀ ਵੀ ਮਾਰਕਸਵਾਦੀ ਵਿਆਖਿਆ ਕੀਤੀ ਹੈ ਜਾਂ ਗੁਰਬਾਣੀ ਦੀ ਵੀ ਇਨਕਲਾਬੀ ਵਿਆਖਿਆ ਉਹਨਾਂ ਨੇ ਕੀਤੀ ਹੈ ਉਹ ਵਾਰਸ ਨੂੰ ਇਸ ਤੋਂ ਉਲਟ ਸਮਝਦੇ ਹੋ ਉਹ ਕਹਿੰਦੇ ਕਿ ਵਾਰਸ ਜਿਹੜਾ ਇੱਕ ਇਨਕਲਾਬੀ ਕਵੀ ਦੇ ਰੂਪ ਸਾਡੇ ਸਾਹਮਣੇ ਪੇਸ਼ ਹੁੰਦਾ ਕਿਉਂਕਿ ਉਹ ਹੀਰ ਨੂੰ ਇੱਕ ਬਹੁਤ ਵੱਖਰੀ ਕੁੜੀ ਬਣਾ ਕੇ ਪੇਸ਼ ਕਰਦਾ ਹੈ ਜਿਹੋ ਜੀ ਕੁੜੀ ਪੰਜਾਬ ਦੇ ਵਿੱਚ ਨਹੀਂ ਪਾਈ ਜਾਂਦੀ ਸੀ ਉਹਨਾਂ ਸਮਿਆਂ ਦੇ ਵਿੱਚ ਕਿ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਧਰਮ ਦੇ ਨਾਲ ਤੇ ਆਪਣੇ ਸਮਾਜ ਦੇ ਨਾਲ ਟੱਕਰ ਲੈਂਦੀ ਹੈ ਜਦੋਂ ਉਹ ਕਹਿੰਦੀ ਹੈ ਕਿ ਵਾਰਸ ਸ਼ਾਹ ਨਾ ਮੋੜਾਂ ਕੀ ਰੰਜੇ ਟੜੇ ਤੋਂ ਕਲਾ ਬਾਪ ਦੇ ਬਾਪ ਦਾ ਬਾਪ ਆਵੇ ਤਾਂ ਹੀਰ ਆਪਣੇ ਵਿਆਹ ਦੇ ਲਈ ਜੱਦੀ ਸੀਗੀ ਤਾਂ ਉਸ ਨੂੰ ਇਨਕਲਾਬੀ ਪੇਸ਼ ਕਰਦਾ ਪਰ ਸੰਤ ਸਿੰਘ ਸੇਖੋਂ ਇਸ ਗੱਲ ਮੰਨਣ ਤੋਂ ਇਨਕਾਰੀ ਹੈ ਤਾਂ ਹੁਣ ਅਸੀਂ ਗੱਲ ਕਰਾਂਗੇ ਸੂਫੀ ਕਾਬ ਬਾਰੇ ਸੂਫੀ ਕਾਬ ਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਪਹਿਲਾਂ ਤਾਂ ਸ਼ੇਖ ਫਰੀਦ ਬਾਰੇ ਇਹਨਾਂ ਨੇ ਟਿੱਪਣੀ ਕੀਤੀ ਕਿ ਸ਼ੇਖ ਫਰੀਦ ਜਿਹੜੇ ਐ ਉਹ ਹਾਕਮ ਸ਼ਿਰਨੀ ਨਾਲ ਸੰਬੰਧ ਰੱਖਦੇ ਸੀ ਇਸ ਲਈ ਸ਼ੇਖ ਫਰੀਦ ਨੇ ਕੋਈ ਇਨਕਲਾਬੀ ਗੱਲ ਨਹੀਂ ਕੀਤੀ ਜੇ ਗੱਲ ਕੀਤੀ ਆ ਤਾਂ ਸਿਰਫ ਰਾਜੇ ਦੇ ਹੱਕ ਦੀ ਕੀਤੀ ਐ ਤਾਂ ਲੋਕਾਂ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਲੋਕਾਂ ਨੂੰ ਸਿਰਫ ਮੌਤ ਦਾ ਡਰ ਦਿੱਤਾ ਤੇ ਜਾਂ ਇਹ ਕਿਹਾ ਕਿ ਤੁਹਾਨੂੰ ਲੁਕੀ ਮਿੱਸੀ ਖਾ ਕੇ ਗੁਜ਼ਾਰਾ ਕਰ ਲੈਣਾ ਚਾਹੀਦਾ ਹੈ ਕਿ ਆਪਣੇ ਹੱਕ ਨਹੀਂ ਮੰਨਣੇ ਚਾ ਮੰਗਣੇ ਚਾਹੀਦੇ ਇਹ ਸੰਤ ਸਿੰਘ ਸੇਖੋਰਾ ਦਾ ਸ਼ੇਖਪਰੀ ਧੋਰਾ ਬਾਰੇ ਵਿਚਾਰ ਸੀ ਤੇ ਪਰ ਉਹ ਦੂਜੇ ਥਾਂ ਤੇ ਨਾਲ ਦੀ ਨਾਲ ਇਹ ਕਹਿ ਦਿੰਦੇ ਆ ਵੀ ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਦਿੱਤੀ ਐ ਇਸ ਲਈ ਉਹ ਸਾਡੇ ਸਾਡੇ ਲਈ ਸਤਕਾਰ ਦੇ ਪਾਤਰ ਆ ਤਾ ਦੋ ਤਰ੍ਹਾਂ ਦੀਆਂ ਰਹਿਵਾਂ ਸਾਡੇ ਮੂਰੇ ਸਿੱਟ ਕੇ ਉਹ ਪਾਠਕ ਨੂੰ ਭੰਬਲ ਪੂਸੇ ਚ ਪਾ ਜਾਂਦੇ ਆ ਸੰਤ ਸਿੰਘ ਸੇਖੋਂ ਫਿਰ ਉਹ ਹੁੰਦੇ ਆ ਜੀ ਬੁੱਲੇ ਸ਼ਾਹ ਤੇ ਬੁੱਲੇ ਸ਼ਾਹ ਦੀ ਜਿਹੜੀ ਕਵਤਾ ਦਾ ਸਾਲ ਹੈ ਉਹ ਹੈ ਜੀ ਜਦੋਂ ਮੁਗਲ ਚਲੇ ਜਾ ਰਹੇ ਸੀ ਮੁਗਲਾਂ ਦੀ ਅਦੋਗਤੀ ਹੋ ਰਹੀ ਸੀ ਤਾਂ ਕਹਿੰਦੇ ਕਿ ਇਹ ਫ੍ਰਸਟ੍ਰੇਸ਼ਨ ਹੀ ਪੇਸ਼ ਕਰਦਾ ਆਪਣੀ ਬੁੱਲੇ ਸ਼ਾਹ ਵੀ ਏਸ ਨੇ ਕੋਈ ਵੱਡੀ ਮੱਲ ਨਹੀਂ ਮਾਰੀ ਹੈਗੀ ਬੁੱਲੇ ਸ਼ਾਹ ਨੇ ਸਿਰਫ ਲੋਕਾਂ ਨੂੰ ਆਪਣੀਆਂ ਸਮਾਜਿਕ ਮਰਿਆਦਾਵਾਂ ਤੋਂ ਤੋੜਨ ਦਾ ਕੰਮ ਕੀਤਾ ਹੈ ਕਿ ਹੋਰ ਉਸ ਨੇ ਕੋਈ ਵੱਡੀ ਗੱਲ ਨਹੀਂ ਕੀਤੀ ਤੇ ਉਹ ਆਪਦੀ ਫ੍ਰਸਟ੍ਰੇਸ਼ਨ ਦਿਖਾ ਰਿਹਾ ਕਿਉਂਕਿ ਉਸ ਨੂੰ ਮੁਗਲ ਦੇ ਜਾਣ ਦਾ ਦੁੱਖ ਹੈਗਾ ਏ ਤੇ ਹਾਲਾਂਕਿ ਬੁੱਲੇ ਸ਼ਾਹ ਦੀ ਕਵਤਾ ਦੇ ਵਿੱਚ ਕਦੇ ਨਾ ਕਦੇ ਇਹ ਦਿਸਦਾ ਵੀ ਆ ਪਰ ਫਿਰ ਵੀ ਅਸੀਂ ਜਾਣਦੇ ਹਾਂ ਕਿ ਬੁੱਲੇ ਸ਼ਾਹ ਪੰਜਾਬ ਦਾ ਲੋਕ ਕਵੀ ਬਣ ਚੁੱਕਿਆ ਅੱਜ ਵੀ ਜੇਕਰ ਕੋਈ ਆਧੁਨਿਕ ਸਾਹਿਤਕਾਰ ਨੂੰ ਨਹੀਂ ਵੀ ਜਾਣਦਾ ਤਾਂ ਉਹ ਬੁੱਲੇ ਸ਼ਾਹ ਨੂੰ ਨਾਨਕ ਸਿੰਘ ਨੂੰ ਸ਼ਿਵ ਕੁਮਾਰ ਬਟਾਲਵੀ ਨੂੰ ਪਾਸ਼ ਨੂੰ ਜਸਵੰਤ ਸਿੰਘ ਕਮਲਹੋਰਾ ਨੂੰ ਜ਼ਰੂਰ ਜਾਣਦਾ ਹੈ ਤਾਂ ਇਸ ਕਰਕੇ ਅਸੀਂ ਸੰਤ ਸਿੰਘ ਸੇਖੋਰਾ ਦੀ ਇਸ ਟਿੱਪਣੀ ਨਾਲ ਜ਼ਿਆਦਾ ਸਹਿਮਤ ਨਹੀਂ ਹੋ ਸਕਦੇ ਕਿ ਉਹਨਾਂ ਨੇ ਬੁੱਲੇ ਸ਼ਾਹ ਨੂੰ ਬਿਲਕੁਲ ਇਹ ਕਿ ਆ ਕਿ ਉਹਨੇ ਕੋਈ ਮਾਲ ਨਹੀਂ ਮਾਰੀ ਫਿਰ ਅਸੀਂ ਆਉੰਨੇ ਆ ਜੀ ਮੋਸਟ ਇੰਪੋਰਟੈਂਟ ਗੁਰਮਤਕਾ ਉਤੇ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੰਤ ਸਿੰਘ ਸੇਕੋਂਹੁਰਾ ਨੇ ਗੁਰਮਤਕਾ ਦੀ ਬਹੁਤ ਨਿੱਠ ਕੇ ਵਿਆਖਿਆ ਵਿਸ਼ਲੇਸ਼ਣ ਕੀਤਾ ਹੈ ਤੇ ਅਧਿਐਨ ਵੀ ਕੀਤਾ ਹੈ ਪਰ ਉਹ ਇਸ ਨੂੰ ਪਰਾਸਾਹਿਤ ਕਹਿੰਦੇ ਆ ਕਿਉਂ ਕਹਿੰਦੇ ਆ ਪਰਾਸਾਹਿਤ ਲਿਖ ਲਓ ਨੋਟ ਕਰ ਲਓ ਚਾਹੇ ਸਮਝ ਲਓ ਉਹ ਕਹਿੰਦੇ ਕਿ ਕਿਉਂਕਿ ਗੁਰਬਾਣੀ ਜਿਹੜੀ ਹੈ ਉਹ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਅਧਿਆਤਮ ਚ ਦੱਸਦੀ ਆ ਆਦਰਸ਼ਵਾਦ ਦੇ ਵਿੱਚ ਦੱਸਦੀ ਆ ਇਸ ਲਈ ਵੀ ਧਰਤੀ ਤੇ ਉਹਦਾ ਕੋਈ ਹਾਲ ਨਹੀਂ ਦੱਸਦੀ ਸਿਰਫ ਰੱਬ ਦੇ ਨਾਲ ਜੋੜ ਕੇ ਦੱਸਦੀ ਹੈ ਇਸ ਕਰਕੇ ਗੁਰਬਾਣੀ ਪਰਾਸਾਹਿਤ ਹੈ ਤਾਂ ਦੂਜੇ ਨੰਬਰ ਤੇ ਗੁਰਬਾਣੀ ਬਾਰੇ ਇਹ ਵੀ ਕਹਿੰਦੇ ਆ ਕਿ ਗੁਰਬਾਣੀ ਜਿਹੜੀ ਹੈ ਆਮ ਲੋਕਾਂ ਦੇ ਸਮਝ ਦੇ ਵਿੱਚ ਨਹੀਂ ਆਉਂਦੀ ਕਿਉਂਕਿ ਲਗਾਮਾਤਰਾ ਦਾ ਫਰਕ ਹੈ ਕੁਝ ਬਾਸ਼ਾ ਦਾ ਮਿਲ ਗੋਬਾ ਹੈ ਤਾਂ ਇਸ ਕਰਕੇ ਵੀ ਸਾਨੂੰ ਗੁਰਬਾਣੀ ਨੂੰ ਇਹਨਾਂ ਨੇ ਆਮ ਜਿਹੜਾ ਸਾਇਤ ਆ ਲੋਕਾਂ ਦਾ ਸਾਇਤ ਆ ਲੋਕਿਕ ਸਾਇਤ ਆ ਉਸ ਤੋਂ ਪਰਾਂ ਹੀ ਕਰਤਾ ਪਰ ਨਾਲ ਦੀ ਨਾਲ ਇਹ ਫੇਰ ਗੁਰਬਾਣੀ ਦੀ ਸਿਖਤ ਕਰਦੇ ਆ ਇੱਕ 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 ਗੁਰਬਾਣੀ ਦੇ ਵਿੱਚ ਸਮਾਜਿਕ ਆਲੋਚਨਾ ਬਹੁਤ ਹੋਈ ਵੀ ਐ ਜਿਵੇਂ ਪਹਿਲਾਂ ਅਸੀਂ ਸਮਾਜਿਕ ਆਲੋਚਨਾ ਬਾਰੇ ਗੱਲ ਕੀਤੀ ਐ ਕਿ ਗੁਰਬਾਣੀ ਨੇ ਲੋਕਾਂ ਦੇ ਵਿੱਚ ਉਹ ਰੋਜ ਜਗਾਇਆ ਜਿਹੜਾ ਮੱਧ ਸ਼੍ਰੇਣੀ ਦੇ ਵਿੱਚ ਹੋਣਾ ਚਾਹੀਦਾ ਸੀ ਰਜਵਾੜਾ ਸ਼ਾਹੀ ਦੇ ਵਿਰੋਧ ਵਿੱਚ ਉੱਠਣ ਲਈ ਜਗੀਰੂ ਸਮਾਜ ਦੇ ਵਿਰੋਧ ਦੇ ਵਿੱਚ ਉੱਠਣ ਲਈ ਜਿਹੜਾ ਹੋਣਾ ਚਾਹੀਦਾ ਸੀ ਉਹ ਗੁਰਬਾਣੀ ਹੀ ਉਹਨਾਂ ਦੇ ਵਿੱਚ ਉਹ ਭਾਵ ਜਗਾਉਂਦੀ ਐ ਫੇਰ ਹੀ ਆਉਂਦਿਆ ਜੀ ਲੋਕ ਸਾਹਿਤ ਤੇ ਤਾਂ ਲੋਕ ਸਾਹਿਤ ਨੂੰ ਤਾਂ ਇੱਕ ਆਮੀਨ ਵੇੜ ਦਿੰਦੇ ਐ ਕਹਿੰਦੇ ਕਿ ਲੋਕ ਸਾਹਿਤ ਜਿਹੜਾ ਐ ਉਹ ਨਿਮਨ ਸਾਹਿਤ ਐ ਕਿਉਂ ਕਹਿੰਦੇ ਆ ਕਿਉਂਕਿ ਕਹਿੰਦੇ ਕਿ ਲੋਕ ਸਾਇਤ ਛਣਕ ਪ੍ਰਗਟਾਵਾ ਹੁੰਦਾ ਵੀ ਲੋਕਾਂ ਦੇ ਮਨ ਦੇ ਵਿੱਚ ਜੋ ਆ ਗਿਆ ਉਹਨਾਂ ਨੇ ਇੱਕ ਵਾਰੀ ਬੋਲਤਾ ਵੀ ਉਹ ਕੋਈ ਬਾਹਲਾ ਸਾਹਿਬ ਕਿਤਾਬ ਲਾ ਕੇ ਨਹੀਂ ਬੋਲਦੇ ਵੀ ਇਹਦਾ ਮਤਲਬ ਕੀ ਨਿਕਲੂਗਾ ਇਹਦਾ ਸਮਾਜ ਤੇ ਕੀ ਅਸਰ ਪਊਗਾ ਇਸ ਤਰ੍ਹਾਂ ਦੀ ਕੋਈ ਗੱਲ ਸੋਚ ਕੇ ਲੋਕ ਜਿਹੜੇ ਉਹ ਲੋਕ ਸਾਇਤ ਨਹੀਂ ਰਚਦੇ ਪਰ ਮਾਰਕਸਵਾਦੀ ਆਲੋਚਨ ਆਲੋਚਕ ਸਾਡੇ ਜਿਹੜੇ ਸੁਰਜੀਤ ਸਿੰਘ ਪੱਟੀ ਹੈ ਉਹ ਇਸ ਗੱਲ ਨੂੰ ਕੱਟਦੇ ਹੋਏ ਇਹ ਲਿਖਦੇ ਆ ਵੀ ਲੋਕ ਸਾਇਤ ਜਿਹੜਾ ਉਹ ਬਹੁਤ ਉੱਚ ਦਰਜੇ ਦਾ ਸਾਹਿਤ ਹੁੰਦਾ ਏ ਵੀ ਲੋਕਾਂ ਨੇ ਕੋਈ ਖੋਜ ਪੱਤਰ ਨਹੀਂ ਲਿਖਣਾ ਹੁੰਦਾ ਵੀ ਉਹ ਪੂਰਾ ਇੱਕ ਪੂਰਾ ਰਿਕਾਰਡ ਬਣਾਉਣਗੇ ਇੱਕ ਪਹਿਲਾ ਅਲੋਚਨ ਖੋਜ ਕਰਨਗੇ ਫਿਰ ਉਹ ਡਾਟਾ ਇਕੱਠਾ ਕਰਨਗੇ ਫਿਰ ਉਹ ਕੋਈ ਗੀਤ ਲਿਖਣਗੇ ਨਹੀਂ ਲੋਕ ਸਾਹਿਤ ਜਿਹੜਾ ਹੈ ਲੋਕਾਂ ਨੇ ਅਚਾਨਕ ਰਾਤ ਦੇਣਾ ਹੁੰਦਾ ਏ ਤੇ ਲੋਕ ਸਾਹਿਤ ਉਹੀ ਗੀਤ ਲੋਕ ਸਾਹਿਤ ਬਣੂਗਾ ਜਿਹੜਾ ਗੀਤ ਲੋਕਾਂ ਦੀ ਜ਼ੁਬਾਨ ਤੇ ਲੋਕਾਂ ਦੇ ਮਨ ਨੂੰ ਪ੍ਰਭਾਵਿਤ ਚੜਦਾ ਏ ਇਸ ਲਈ ਲੋਕ ਸਾਹਿਤ ਨਿਮਨ ਸਾਹਿਤ ਕਦੇ ਵੀ ਨਹੀਂ ਹੋ ਸਕਦਾ ਸਾਡੀ ਇੱਕ ਵੀਡੀਓ ਹੈ ਲੋਕ ਧਾਰਾ ਦੀ ਸਮਗਰੀ ਬਾਰੇ ਤਾਂ ਉਹਦੇ ਵਿੱਚ ਮੈਂ ਲੋਕ ਸਾਹਿਤ ਬਾਰੇ ਗੱਲ ਕੀਤੀ ਹੈ ਕਿ ਜਿਹੜਾ ਸਾਹਿਤ ਬਹੁਤ ਉੱਚ ਦਰਜੇ ਦਾ ਹੁੰਦਾ ਹੈ ਜਿਸ ਨੂੰ ਲੋਕ ਪਸੰਦ ਕਰਦੇ ਆ ਤਾਂ ਹੀ ਉਹ ਸਦੀਆਂ ਤੱਕ ਚੱਲਦਾ ਕਿਉਂਕਿ ਲੋਕਾਂ ਨੇ ਉਸ ਨੂੰ ਪ੍ਰਵਾਨ ਕੀਤਾ ਹੁੰਦਾ ਤੇ ਉਹੀ ਸਾਹਿਤ ਉਚਤਮ ਸਾਹਿਤ ਹੁੰਦਾ ਪਰ ਸੰਤ ਸਿੰਘ ਸੇਖੋਂ ਇਸ ਤੋਂ ਉਲਟ ਸੋਚਦੇ ਆ ਕਰਾਂਗੇ ਸੰਤ ਸਿੰਘ ਸੇਖੋਂ ਹੋਰਾਂ ਨੇ ਆਧੁਨਿਕ ਸਾਹਿਤ ਬਾਰੇ ਕੀ ਟਿੱਪਣੀ ਕੀਤੀ ਤਾਂ ਸੰਤ ਸਿੰਘ ਸੇਖੋਂ ਹੋਰਾਂ ਦੀ ਪੂਰੀ ਵਿਚਾਰਧਾਰਾ ਤੋਂ ਇਹ ਪਤਾ ਲੱਗਦਾ ਹੈ ਕਿ ਸੰਤ ਸਿੰਘ ਸੇਖੋਂ ਪਿਛਲੇ ਸਾਹਿਤ ਨਾਲੋਂ ਆਧੁਨਿਕ ਸਾਹਿਤ ਨੂੰ ਜ਼ਿਆਦਾ ਮਹੱਤਵਪੂਰਨ ਤੇ ਜ਼ਿਆਦਾ ਤਜਰਬੇ ਵਾਲਾ ਮੰਨਦੇ ਆ ਜਿਵੇਂ ਕਿ ਉਹਨਾਂ ਨੇ ਆਧੁਨਿਕ ਕਵਤਾ ਨੂੰ ਵੀ ਕਿਹਾ ਸੀ ਕਿ ਇਹਦੇ 'ਚ ਜ਼ਿਆਦਾ ਤਜਰਬਾ ਬੋਲਦਾ ਉਸ ਤਰ੍ਹਾਂ ਉਹਨਾਂ ਨੇ ਬਾਕੀ ਸਾਹਿਤਾਂ ਨੂੰ ਤਾਂ ਕੋਈ ਨਾ ਕੋਈ ਨਾਮ ਦਿੱਤਾ ਜਿਵੇਂ ਕਿ ਸਾਕਾਗ ਨੂੰ ਅਣਸਾਹਿਤ ਸੂਫੀ ਕਾਵਿ ਬਾਰੇ ਵੀ ਉਹ ਬੋਲੇ ਕਿ ਬੁੱਲੇ ਸ਼ਾਹ ਹੋਰਾਂ ਨੇ ਅਦੋਗਤੀ ਦੇ ਸੋਗ ਦੇ ਵਿੱਚ ਕਵਤਾ ਲਿਖੀ ਆ ਗੁਰਮਤ ਕਾਵ ਨੂੰ ਉਹ ਬੋਲੇ ਪ੍ਰਾ ਸਾਹਿਤ ਲੋਕ ਸਾਹਿਤ ਨੂੰ ਉਹਨਾਂ ਨੇ ਬੋਲਿਆ ਨਿਮਨ ਸਾਹਿਤ ਪਰ ਆਧੁਨਿਕ ਸਾਹਿਤ ਨੂੰ ਉਹਨਾਂ ਨੇ ਜਿਆਦਾ ਵਧੀਆ ਮੰਨਿਆ ਜਿਹਦੇ ਜੋ ਸੰਤੋਖ ਸਿੰਘ ਧੀਰਹੋਰਾ ਬਾਰੇ ਟਿੱਪਣੀ ਕਰਦੇ ਲਿਖਦੇ ਆ ਵੀ ਸੰਤੋਖ ਸਿੰਘ ਧੀਰਹੋਰੀ ਜੇਕਰ ਇਸੇ ਤਰ੍ਹਾਂ ਹੀ ਦੁਸ਼ਵਾਰੀਆਂ ਦੇ ਨਾਲ ਜੂਝਦੇ ਰਹੇ ਜੜੀਆਂ ਉਹਨਾਂ ਦੀ ਪਰਿਵਾਰਕ ਜੀਵਨ ਦੇ ਵਿੱਚ ਵੀ ਸੀਗੀਆਂ ਨਾਲ ਦੀ ਨਾਲ ਉਹਨਾਂ ਦੀ ਉਹਨਾਂ ਦੇ ਕੈਰੀਅਰ ਬਾਰੇ ਵੀ ਸੀਗੀਆਂ ਤਾਂ ਉਹ ਵਧੀਆ ਇਨਕਲਾਬੀ ਤੇ ਲੋਕਾਂ ਦੇ ਪੱਖ ਦੀ ਕਵਤਾ ਲਿਖਦੇ ਰਹਿਣਗੇ ਨਾਲ ਦੀ ਨਾਲ ਅਮਰਤਾ ਪ੍ਰੀਤਮ ਬਾਰੇ ਉਹਨਾਂ ਨੇ ਲਿਖਿਆ ਕਿ ਅਮਰਤਾ ਪ੍ਰੀਤਮ ਦੀ ਜਿਹੜੀ ਅੱਜ ਆਖਾਂਵਾਰਾ ਸ਼ਾਹ ਨੂੰ ਕਵਤਾ ਹੈ ਇਹ ਕੋਈ ਜ਼ਿਆਦਾ ਇਨਕਲਾਬੀ ਕਵਤਾ ਨਹੀਂ ਹੈਗੀ ਇਹ ਸਿਰਫ ਇੱਕ ਹੇਰਵਾ ਹੈ ਇਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਅਮਰਤਾ ਪ੍ਰੀਤਮ ਦਾ ਤੇ ਮਨਮੋਹਣ ਜਿਹੜੇ ਮੋਹਣ ਸਿੰਘ ਆ ਉਹਨਾਂ ਦਾ ਜਿਹੜਾ అనుਭਵ ਉਹ ਮੱਧ ਸ਼੍ਰੇਣੀ ਵਾਲਾ అనుభవ ਹੈ ਉਹ ਆਮ ਲੋਕਾਂ ਦੇ ਲਈ ਇਨਕਲਾਬੀ ਕਵਤਾ ਨਹੀਂ ਲਿਖ ਸਕਦੇ ਫਿਰ ਉਹਨਾਂ ਨੇ ਆਧੁਨਿਕ ਕਵਤਾ ਦੇ ਵਿੱਚ ਜਿਹੜਾ ਤੀਰ ਨਵਾਂ ਛੱਡਿਆ ਸੀ ਉਹ ਅਲੰਕਾਰਾਂ ਬਾਰੇ ਸੀਗਾ ਕਿ ਇਹ ਤੁਹਾਨੂੰ ਵਰਤਣੇ ਚਾਹੀਦੇ ਆ ਨਾਲ ਦੀ ਨਾਲ ਤੁਹਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸੰਤ ਸਿੰਘ ਸੇਖੋਂ ਹੋਰਾਂ ਨੇ ਆਧੁਨਿਕ ਸਾਹਿਤ ਨੂੰ ਭਾਰਤੀ ਕਾਵ ਸ਼ਾਸਤਰ ਦੀ ਤਕੜੀ ਦੇ ਵਿੱਚ ਤੋਲਿਆ ਕਿਉਂ ਇੱਥੇ ਜਦੋਂ ਗੱਲ ਕਰਦੇ ਆ ਸ਼ੰਤ ਦੀ ਤੋ ਕਹਿੰਦੇ ਕਿ ਛੰਦ ਜ਼ਰੂਰ ਕਵਿਤਾ ਦੇ ਵਿੱਚ ਵਰਤਣਾ ਚਾਹੀਦਾ ਕਿਉਂਕਿ ਛੰਦ ਹੀ ਕਵਿਤਾ ਦਾ ਸਰੀਰ ਹੈ ਛੰਦ ਬਿਨਾ ਅਸੀਂ ਕਵਿਤਾ ਨੂੰ ਕਿਸ ਤਰ੍ਹਾਂ ਕਹਿ ਸਕਦੇ ਹਾਂ ਤਾਂ ਇਹ ਇੱਕ ਗੱਲ ਉਹਨਾਂ ਨੇ ਕਹੀ ਸੀ ਕਿ ਜੇ ਕਿਸੇ ਨੇ ਛੰਦ ਰੈਤ ਕਵਿਤਾ ਲਿਖਣੀ ਹੈ ਤਾਂ ਉਹ ਬਹੁਤ ਮਸਤੀ ਵਾਲਾ ਬੰਦਾ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਉਹ ਪੂਰਨ ਸਿੰਘ ਦੀ ਉਦਾਹਰਣ ਦਿੰਦੇ ਸੀ ਤਾਂ ਇਹ ਸੀ ਵੱਖ-ਵੱਖ ਸਾਇਤਾ ਬਾਰੇ ਸੰਸਿੰਘ ਸੇ ਕੋਹਰਾਂ ਦੇ ਵਿਚਾਰ ਤਾਂ ਇਹ ਅਸੀਂ ਮਿਕਸ ਗੱਲਾਂ ਕੀਤੀਆਂ ਕੁਝ ਸੰਸਿੰਘ ਸੇ ਕੋਹਰਾਂ ਨਾਲ ਸਹਿਮਤ ਹੋਏ ਹਾਂ ਕੁਝ ਅਸੀਂ ਸੰਸਿੰਘ ਸੇ ਕੋਹਰਾਂ ਨਾਲ ਅਸਹਿਮਤ ਹੋਏ ਹਾਂ ਬਿਲਕੁਲ ਸੰਸ ਸਿੰਘ ਖੋਹਰਾ ਦੀ ਪੂਰੇ ਪੰਜਾਬੀ ਸਾਹਿਤ ਆਲੋਚਨਾ ਦੇ ਵਿੱਚ ਇਹੀ ਸਥਿਤੀ ਹੈ ਕਿ ਸੰਸ ਸਿੰਘ ਸੇਖੋਹਰਾ ਨਾਲ ਐਗਰੀ ਕੀਤਾ ਜਾ ਸਕਦਾ ਹੈ ਡਿਸਐਗਰੀ ਕੀਤਾ ਜਾ ਸਕਦਾ ਪਰ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਸੰਸ ਸਿੰਘ ਸੇਖੋ ਸਾਹਿਤ ਆਲੋਚਨਾ ਦੇ ਖੇਤਰ ਦੇ ਵਿੱਚ ਅਜੇ ਵੀ ਮੰਨੇ ਪਰਮੰਨੇ ਆਲੋਚਕ ਰਹੇ ਆ ਤੇ ਉਹਨਾਂ ਨੂੰ ਰਿਕਮੈਂਡ ਕੀਤਾ ਜਾਂਦਾ ਹੈ ਪੜਿਆ ਜਾਂਦਾ ਹਵਾਲੇ ਦਿੱਤੇ ਜਾਂਦੇ ਆ ਤੇ ਅਸੀਂ ਹੁਣ ਗੱਲ ਕਰਾਂਗੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਜਿਹੜੀਆਂ ਉਹਨਾਂ ਨੇ ਸਾਹਿਤ ਆਲੋਚਨਾ ਨੂੰ ਦਿੱਤੀਆਂ ਇੱਕ ਨਿਚੋੜ ਦੇ ਰੂਪ ਚ ਵੀਡੀਓ ਦਾ ਅਗਲਾ ਭਾਗ ਉਹਨਾਂ ਪ੍ਰਾਪਤੀਆਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਦੋਸਤੋ ਲਾਸਟ ਬਟ ਨੋਟ ਦ ਲੀਸਟ ਪਾਰਟ ਆਫ ਦਿਸ ਵੀਡੀਓ ਹੋਗਾ ਸੰਸਿੰਘ ਸੇਖੋਂ ਹੋਰਾਂ ਦੀਆਂ ਪ੍ਰਾਪਤੀਆਂ ਜਾਂ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਸਥਾਪਨਾਵਾਂ ਜੋ ਸੰਸਿੰਘ ਸੇਖੋਂ ਹੋਰਾਂ ਨੇ ਪੰਜਾਬੀ ਆਲੋਚਨਾ ਦੇ ਖੇਤਰ ਦੇ ਵਿੱਚ ਕੁਝ ਨਵਾਂ ਸਾਨੂੰ ਦਿੱਤਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਕਿ 바ਵਾ ਬੁੱਧ ਸਿੰਘ ਤੋਂ ਬਾਅਦ ਸੰਸਿੰਘ ਸੇਖੋਂ ਅਜਿਹੇ ਪਹਿਲੇ ਪੰਜਾਬੀ ਆਲੋਚਕ ਹੈ ਜਿਨ੍ਹਾਂ ਨੇ ਸਿਸਟਮ ਬੱਧ ਆਲੋਚਨਾ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਅਸੀਂ 바ਵਾ ਬੁੱਧ ਸਿੰਘ ਪੜਿਆ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ 바ਵਾ ਬੁੱਧ ਸਿੰਘ ਹੋਰਾਂ ਨੇ ਜਿਹੜੀ ਆਲੋਚਨਾ ਪੇਸ਼ ਕੀਤੀ ਆ ਉਹ ਕੋਈ ਇੱਕ ਸਿਰਾ ਨਹੀਂ ਹੈਗਾ ਉਹ ਤਾਂ ਉਹਨਾਂ ਦੀ ਆਲੋਚਨਾ ਤੋਂ ਇਹ ਪਤਾ ਨਹੀਂ ਲੱਗਦਾ ਕਿ ਉਹ ਖੋਜ ਪੇਸ਼ ਕਰ ਰਹੇ ਆ ਜਾਂ ਆਲੋਚਨਾ ਪੇਸ਼ ਕਰ ਰਹੇ ਆ ਜਾਂ ਉਹ ਸਿਰਫ ਤਰੀਫਾਂ ਕਰ ਰਹੇ ਆ ਪਰ ਸੰਤ ਸਿੰਘ ਸੇਖੋ ਹੋਰਾਂ ਨੇ ਕੀ ਕੀਤਾ ਵਿਚਾਰਧਾਰਕ ਆਲੋਚਨਾ ਦਾ ਆਰੰਭ ਕੀਤਾ ਤਾਂ ਸਾਡੇ ਕੋਲੇ ਪਹਿਲੀ ਪ੍ਰਾਪਤੀ ਵੀ ਇਹੀ ਹੈ ਕਿ ਵਿਚਾਰਧਾਰਕ ਆਲੋਚਕ ਹੈ ਤਾਂ ਪੰਜਾਬੀ ਦੇ ਪਹਿਲੇ ਵਿਚਾਰਧਾਰਕ ਆਲੋਚਕ ਹੈ ਵਿਚਾਰਧਾਰਕ ਆਲੋਚਕ ਦਾ ਮਤਲਬ ਜਿਹੜੇ ਕਿਸੇ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਆ ਤਾਂ ਸੰਤ ਸਿੰਘ ਸੇਖੋ ਦਾ ਸਾਨੂੰ ਪਤਾ ਕਿ ਉਹ ਮਾਰਕਸਵਾਦੀ ਆਲੋਚਕ ਸੀਗੇ ਤਾਂ ਇਹਨਾਂ ਨੇ ਪਹਿਲੀ ਵਾਰ ਸ਼ੁਰੂਆਤ ਕੀਤੀ ਹੈ ਪੰਜਾਬੀ ਦੇ ਵਿੱਚ ਕਿ ਇਸ ਨੂੰ ਮਿਲਗੋਬੇ ਵਾਲੀ ਜਾਂ ਪ੍ਰਭਾਵਵਾਦੀ ਜਾਂ ਆਦਰਸ਼ਵਾਦੀ ਆਲੋਚਨਾ ਦੇ ਵਿੱਚੋਂ ਕੱਢ ਕੇ ਕਿਸੇ ਵਿਚਾਰਧਾਰਾ ਦੇ ਸ਼ੀਸ਼ੇ ਰਾਹੀਂ ਦੇਖਣਾ ਇਹਨਾਂ ਨੇ ਸ਼ੁਰੂ ਕੀਤਾ ਦੂਸਰਾ ਹੈਗਾ ਇਹ ਸਾਹਿਤ ਨੂੰ ਸਮਾਜਿਕ ਪ੍ਰਸੰਗ ਵਿੱਚ ਦੇਖਣਾ ਦੋਸਤੋ ਪਹਿਲਾਂ ਜਿਹੜਾ ਸਾਹਿਤ ਦਾ ਮਕਸਦ ਉਹ ਇਹ ਮੰਨ ਲਿਆ ਜਾਂਦਾ ਸੀ ਵੀ ਆਪਦੇ ਮਨ ਦੀ ਖੁਸ਼ੀ ਲਈ ਜਾ ਰੱਬ ਦੀ ਪ੍ਰਾਪਤੀ ਦੀ ਲਈ ਜਾਂ ਇਸ ਤੋਂ ਇਲਾਵਾ ਕਿੱਸਾ ਕਵੀਆਂ ਥੋੜਾ ਬਹੁਤਾ ਜ਼ਿਕਰ ਕਰਦੇ ਆ ਕਿ ਅਸੀਂ ਆਪਣੇ ਯਾਰਾਂ ਦੀ ਪਰਮਾਇਸ਼ ਤੇ ਲਿਖਿਆ ਜਾਂ ਇਸ ਤੋਂ ਪਹਿਲਾਂ ਸਾਹਿਤ ਰਚਿਆ ਜਾ ਰਿਹਾ ਸੀ ਰਾਜੇ ਮਹਾਰਾਜਿਆਂ ਤੋਂ ਇਨਾਮ ਪ੍ਰਾਪਤ ਕਰਨ ਦੇ ਲਈ ਪਰ ਸਾਹਿਤ ਨੂੰ ਸਮਾਜਿਕ ਪ੍ਰਸੰਗਿਤ ਦੇਖਣਾ ਇਹਦੀ ਸ਼ੁਰੂਆਤ ਕੀਤੀ ਆ ਸਾਨ ਸਿੰਘ ਸੇਖੋਂ ਹੋਰਾਂ ਨੇ ਮਤਲਬ ਸਿਸਟਮ ਵੱਧ ਰੂਪ ਦੇ ਵਿੱਚ ਠੋਸ ਰੂਪ ਦੇ ਵਿੱਚ ਇਹਨਾਂ ਨੇ ਇਹ ਦਲੀਲ ਦਿੱਤੀ ਇਹ ਸਾਹਿਤ ਜਿਹੜਾ ਇਹ ਤੋਡਾ ਸਾਹਿਤ ਉਚਿਤਮਤਮ ਸਾਹਿਤ ਤਾਂ ਹੀ ਮੰਨਿਆ ਜਾਊਗਾ ਜੇਕਰ ਉਹ ਸਮਾਜ ਦੇ ਕਿਸੇ ਕੰਮ ਆ ਰਿਹਾ ਜੇਕਰ ਤੁਹਾਡੀ ਕਵਤਾ ਸਮਾਜ ਨੂੰ ਕੋਈ ਸੇਧ ਦੇ ਰਹੀ ਹੈ ਜੇਕਰ ਤੁਹਾਡਾ ਲੇਖ ਤੁਹਾਡੀ ਕਹਾਣੀ ਸਮਾਜ ਦੇ ਕਿਸੇ ਵਰਗ ਦੀ ਗੱਲ ਕਰ ਰਹੀ ਹੈ ਤਾਂ ਉਹ ਉਚਿਤਮ ਸਾਹਿਤ ਹੈਗਾ ਏ ਤੇ ਬੇਸਿਕਲੀ ਇਹ ਵਿਚਾਰ ਉਹਨਾਂ ਦਾ ਆਇਆ ਸੀ ਮਾਰਕਸਵਾਦ ਤੋਂ ਕਿਉਂਕਿ ਮਾਰਕਸਵਾਦ ਜਿਹੜੀ ਵਿਚਾਰਧਾਰਾ ਉਹ ਇਹੀ ਗੱਲ ਕਰਦੀ ਸੀ ਕਿ ਸਾਹਿਤ ਨੂੰ ਲੋਕਾਂ ਦੇ ਪੱਖ ਦਾ ਜਾਂ ਲੋਕਾਂ ਦੇ ਲਈ ਹੋਣਾ ਚਾਹੀਦਾ ਹੈ ਫਿਰ ਅਸੀਂ ਤੀਜੀ ਗੱਲ ਕਰਾਂਗੇ ਸਰਬੰਗੀ ਸੰਸਿੰਘ ਸੇਖੋਂ ਬੜੇ ਆਲਰਾਊਂਡਰ ਰਹੇ ਆ ਜਿਵੇਂ ਪਹਿਲਾਂ ਗੱਲ ਕੀਤੀ ਕਿ ਸਾਹਿਤਕਾਰ ਵੀ ਸੀ ਤੇ ਆਲੋਚਕ ਵੀ ਸੀ ਨਾਲ ਦੀ ਨਾਲ ਇਹਨਾਂ ਨੇ ਫਿਰ ਨਾਥ ਯੋਗੀਆਂ ਤੋਂ ਲੈ ਕੇ ਆਧੁਨਿਕ ਸਾਹਿਤ ਤੱਕ ਦਾ ਪੂਰਾ ਅਧਿਐਨ ਆਲੋਚਨਾ ਇਹਨਾਂ ਨੇ ਕੀਤੀ ਹੈ ਤਾਂ ਇਸ ਕਰਕੇ ਇਹ ਬਹੁਤ ਉਤਸ਼ਾਹੀ ਸੀ ਇਸ ਕੰਮ ਦੇ ਵਿੱਚ ਤੇ ਬਹੁਤ ਹੀ ਸਰਬੰਗੀ ਰਹੇ ਆ ਇਹਨਾਂ ਨੇ ਨਾਥ ਯੋਗੀਆਂ ਵਰਗੀ ਪ੍ਰਾਤਨ ਸਿੰਧੂਕੜੀ ਭਾਸ਼ਾ ਵਾਲੀ ਕਵਿਤਾ ਤੋਂ ਲੈ ਕੇ ਆਧੁਨਿਕ ਸਰੰਚਨਾਵਾਦੀ ਨਵੇਂ ਵਿਚਾਰਧਾਰਾਂ ਦੇ ਨਾਲ ਇਹਨਾਂ ਨੇ ਡੀਲ ਕੀਤਾ ਹੈ ਇਸ ਕਰਕੇ ਸੀ ਇਹਨਾਂ ਨੂੰ ਆਲਰਾਊਂਡਰ ਕਹਿ ਸਕਦੇ ਆ ਫਿਰ ਚੌਥੇ ਨੰਬਰ ਤੇ ਇਹ ਜਦੋਂ ਆਲੋਚਨਾ ਕਰਦੇ ਸੀ ਤਾਂ ਸਾਹਿਤਕਾਰਾਂ ਨੂੰ ਆਪਣੀ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਇਹਨਾਂ ਨੇ ਕਰਵਾਇਆ ਤੇ ਇਹਨਾਂ ਨੇ ਇਹ ਕਿਹਾ ਕਿ ਤੁਸੀਂ ਕਵਤਾ ਨਿਰਿਪੂਰੀ ਆਪਣੇ ਨਜ਼ਾਰਿਆਂ ਦੇ ਲਈ ਨਹੀਂ ਦੇਖ ਸਕਦੇ ਜਾਂ ਸਿਰਫ ਤੁਸੀਂ ਆਪਣੀ ਸਾਹਿਤਿਕ ਆਯਾਸ਼ੀ ਦੇ ਲਈ ਨਹੀਂ ਲਿਖ ਸਕਦੇ ਬਲਕਿ ਤੁਹਾਨੂੰ ਹੁਣ ਸਮਾਜ ਦੇ ਹੱਕ 'ਚ ਲੋਕਾਂ ਦੇ ਹੱਕ 'ਚ ਨਿੱਤਰਨਾ ਪਊਗਾ ਤਾਂ ਇਹ ਮੰਨਿਆ ਜਾਂਦਾ ਹੈ ਕਿ ਸੰਤ ਸਿੰਘ ਸੇਖੋਂ ਦੀ ਉਲੋchnਾ ਤੋਂ ਡਰਦੇ ਬਹੁਤ ਸਾਰੇ ਆਲੋਚਕ ਲੇਖਕ ਤੇ ਨਾਲ ਦੀ ਨਾਲ ਆਲੋਚਕ ਵੀ ਇਸ ਗੱਲ ਨੂੰ ਮੰਨਣ ਲੱਗ ਗਏ ਸੀ ਤੇ ਉਹਨਾਂ ਨੇ ਆਪਣੀ ਰਚਨਾ ਦੇ ਜਿਹੜੀਆਂ ਮੁਹਾਰਾ ਨੇ ਉਹ ਭਗਤੀਵਾਦ ਦੇ ਵੱਲ ਮੋੜ ਲਈਆਂ ਸੀ ਲੋਕਾਂ ਦੇ ਹੱਕ ਦੇ ਵਿੱਚ ਲਿਖਣਾ ਉਹਨਾਂ ਨੇ ਸ਼ੁਰੂ ਕਰਤਾ ਸੀ ਲੋਕਾਂ ਦੇ ਹੱਕ ਚ ਲਿਖਣ ਦਾ ਮਤਲਬ ਹੁੰਦਾ ਹੈ ਕਿ ਸਮਾਜ ਦੇ ਵਿੱਚ ਜੋ ਬੁਰਾਈਆਂ ਚੱਲ ਰਹੀਆਂ ਜਾਂ ਸਰਕਾਰ ਵੱਲੋਂ ਜੇਕਰ ਲੋਕਾਂ ਤੇ ਜ਼ੁਲਮ ਕੀਤੇ ਜਾ ਰਹੇ ਆ ਜਾਂ ਜਿਵੇਂ 47 ਦਾ ਦੌਰ ਸੀ ਉਹਦੇ ਵਿੱਚ ਜਿਹੜੇ ਵਰਗਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਸੀਗਾ ਉਹਨਾਂ ਵਰਗਾਂ ਦੀ ਗੱਲ ਸਾਹਿਤ ਦੇ ਵਿੱਚ ਕੀਤੀ ਜਾਵੇ। ਅਗਲੀ ਸਾਡੀ ਪ੍ਰਾਪਤੀ ਹੈ ਜੋ ਸੰਸਿੰਘ ਸੇਖੋਂ ਨੇ ਕੀਤੀ ਹੈ ਉਹ ਹੈ ਸਰੰਚਨਾਵਾਦ ਤੋਂ ਮਾਰਕਸਵਾਦ। ਜਿਹੜਾ ਸਰੰਚਨਾਵਾਦੀ ਸਿਧਾਂਤ ਹੈ ਦੋਸਤੋ ਉਹ ਇਹ ਮੰਨਦਾ ਹੈ ਕਿ ਸਾਹਿਤ ਦਾ ਕਲਾ ਦਾ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਸਾਹਿਤ ਸਾਹਿਤ ਹੁੰਦਾ ਹੈ ਸਾਹਿਤ ਸਾਹਿਤ ਦੇ ਲਈ ਹੁੰਦਾ ਇਸ ਲਈ ਵੀ ਉਹਦੇ ਸਿਰਫ ਰੂਪ ਪੱਖ ਦੇ ਧਿਆਨ ਦਿਓ ਤੁਸੀਂ ਪਰ ਸੰ ਸਿੰਘ ਸਿੱਖੋਂ ਨੇ ਇਹ ਵਾਲੀ ਬੁਰਜੂਆ ਵਿਚਾਰਧਾਰਾ ਤੋਂ ਪ੍ਰੋਲੇਟਾਰੀ ਵਿਚਾਰਧਾਰਾ ਦੇ ਹੱਕ ਵਿੱਚ ਗੱਲ ਕੀਤੀ ਹੈ ਮਤਲਬ ਮਾਰਕਸਵਾਦ ਦੀ ਗੱਲ ਕੀਤੀ ਹੈ ਹੁਣ ਬੁਰਜੂਆ ਸ਼ਬਦ ਕਈਆਂ ਨੂੰ ਔਖਾ ਲੱਗਿਆ ਹੋਣਾ ਬੁਰਜੂਆ ਇਹ ਹੈ ਜਿਹੜੇ ਸਮਾਜ ਦੇ ਧਨਾੜ ਅਮੀਰ ਲੋਕ ਹੈ ਜਿੰਨਾਂ ਕੋਲ ਬਹੁਤ ਜ਼ਿਆਦਾ ਸੰਪਤੀ ਆ ਤੇ ਪ੍ਰੋਲੇਟਾਰੀ ਉਹ ਆ ਜਿਹੜੇ ਦੱਬੇ ਕੁਚਲੇ ਗਰੀਬ ਵਰਗ ਆ ਤਾਂ ਸਰੰਚਨਾਵਾਦ ਅਮੀਰਾਂ ਦੇ ਹੱਕ 'ਚ ਭੋਗਤਣ ਵਾਲੀ ਪ੍ਰਣਾਲੀ ਹੈ ਤੇ ਮਾਰਕਸਵਾਦ ਜਿਹੜੀ ਆ ਉਹ ਪ੍ਰੋਲੇਟਾਰੀਆਂ ਦੇ ਹੱਕ 'ਚ ਵਿੱਚ ਜਿਹੜੀ ਆ ਭੋਗਤਦੀ ਆ ਦੋਨਾਂ ਦੀਆਂ ਆਪਣੀਆਂ ਕਮੀਆਂ ਤੇ ਆਪਣੀਆਂ ਖੂਬੀਆਂ ਹੈਗੀਆਂ ਨੇ ਸਾਨ ਸਿੰਘ ਸੇਖੋਂ ਰਣੇ ਹਿੰਮਤ ਗਿੱਤ ਦੀ ਕਿਰਸਾਣਾ ਵਾਤੋਂ ਮਾਰਕਸਵਾਦ ਵਾਲਾਈ ਫਿਰ ਅਸੀਂ ਗੱਲ ਕਰਦੇ ਹਾਂ ਆਲੋਚਨਾਤਮਕ ਤੇ ਸੰਕਲਪਾਤਮਕ ਭਾਸ਼ਾ ਪਹਿਲਾਂ ਜਿਹੜੀ ਭਾਸ਼ਾ ਵਰਤੀ ਜਾਂਦੀ ਸੀ ਆਲੋਚਨਾ ਲਈ ਜਿਵੇਂ ਕਿ ਬਾਬਾ ਬੁੱਧ ਸਿੰਘ ਨੇ ਵਰਤੀ ਉਹਨਾਂ ਨੇ ਬੜੀ ਆਮ ਭਾਸ਼ਾ ਵਰਤੀ ਆ ਜਿਵੇਂ ਵਾ ਵਾ ਕਮਾਲ ਕਰ ਦਿੱਤੀ ਐ ਵਜਿਹਾ ਗੱਲਾਂ ਕਰਦੇ ਆ ਪਰ ਸਾਨ ਸਿੰਘ ਸੇਖੋਂ ਰਣੇ ਪਹਿਲੀ ਵਾਰ ਪੰਜਾਬੀ ਦੇ ਵਿੱਚ ਸੰਕਲਪਾਤਮਕ ਭਾਸ਼ਾ ਵਰਤੀ ਆ ਕਿ ਜਿਹੜੀ ਭਾਸ਼ਾ ਆਲੋਚਨਾ ਦੀ ਹੋਣੀ ਚਾਹੀਦੀ ਅਸਲ ਦੇ ਵਿੱਚ ਫਿਰ ਧਾਰਮਿਕ ਤੋਂ ਲੋਕਿਕ ਮਤਲਬ ਪਹਿਲਾਂ ਜਿਹੜਾ ਸਾਡਾ ਸਾਹਿਤ ਆ ਉਹ ਧਰਮ ਦੇ ਆਲੇ ਦੁਆਲੇ ਘੁੰਮਦਾ ਸੀ ਆਲੋਚਨਾ ਵੀ ਧਰਮ ਦੇ ਆਲੇ ਦੁਆਲੇ ਘੁੰਮ ਰਹੀ ਸੀ ਪਰ ਇਹਨਾਂ ਨੇ ਧਰਤੀ ਦੀ ਗੱਲ ਕੀਤੀ ਜੋ ਇਸ ਸਮਾਜ ਦੇ ਵਿੱਚ ਠੋਸ ਰੂਪ ਦੇ ਵਿੱਚ ਹੋ ਰਿਹਾ ਹੈ ਤਾਂ ਇਹਨਾਂ ਨੇ ਧਾਰਮਿਕ ਵਲਗਨਾ ਤੋਂ ਲੋਕਿਕ ਗੱਲ ਕੀਤੀ ਹੈ ਜੋ ਇਸ ਲੋਕ ਦੀ ਹੈ ਇਸ ਧਰਤੀ ਦੀ ਹੈ ਤਾਂ ਇਸ ਕਰਕੇ ਸੰਤ ਸਿੰਘ ਸਿੱਖੋਂ ਪੰਜਾਬੀ ਦੇ ਬਹੁਤ ਸਿਰਮੌਰ ਆਲੋਚਕਾਂ ਤੇ ਸਾਹਿਤਕਾਰਾਂ ਦੇ ਵਿੱਚ ਸ਼ਾਮਲ ਰਹੇ ਇਹਨਾਂ ਦਾ ਜਿਹੜਾ ਕੰਮ ਆ ਉਹ ਬਹੁਤ ਲੰਮਾ ਹੈ ਤੇ ਉਹਦੀ ਇਤਿਹਾਸਿਕ ਮਹੱਤਤਾ ਹੈ ਇਤਿਹਾਸਿਕ ਮਹੱਤਤਾ ਕਿਵੇਂ ਹੈ ਕਿਉਂਕਿ ਇਹ ਪਹਿਲੇ ਵਿਚਾਰਧਾਰਕ ਆਲੋਚਕ ਨੇ ਤਾਂ ਇਹਨਾਂ ਨੇ ਪੰਜਾਬੀ ਆਲੋਚਨਾ ਦੇ ਖੇਤਰ ਨੂੰ ਵੱਡਾ ਕੀਤਾ ਹੈ ਇਹਨਾਂ ਦੇ ਵਿਰੋਧੀ ਪੈਦਾ ਹੋਏ ਜਿਦੇ ਵਿੱਚ ਹਰਪ੍ਰਧਨ ਸਿੰਘ ਤੇ ਉਹਨਾਂ ਦੇ ਉੱਤਰਾਧਿਕਾਰੀ ਸ਼ਾਮਲ ਹੈ ਇਸ ਦੇ ਨਾਲ ਨਾਲ ਸੰਤ ਸਿੰਘ ਸੇਖੋਂ ਹੋਰਾਂ ਦੇ ਉੱਤਰਾਧਿਕਾਰੀ ਜਿਵੇਂ ਸਾਡੇ ਕਿਸ਼ਨ ਸਿੰਘ ਨੇ ਅਤਰ ਸਿੰਘ ਨੇ ਜਿਹੜੇ ਕਿ ਮਾਰਕਸਵਾਦੀ ਸੀਗੇ ਇਹ ਇਹਨਾਂ ਦੀ ਜੁੰਡਲੀ ਬਣੀ ਤਾਂ ਇਹਦਾ ਮਤਲਬ ਕਿ ਸੰਤ ਸਿੰਘ ਸੇਖੋਂ ਹੋਰਾਂ ਦੇ ਵਿਰੋਧੀ ਵੀ ਸੀਗੇ ਤੇ ਸੰਤ ਸਿੰਘ ਸੇਖੋਂ ਹੋਰਾਂ ਦੇ ਪੱਖ ਵਾਲੇ ਵੀ ਸੀ ਤਾਂ ਇਹਦੇ ਨਾਲ ਕੀ ਹੋ ਰਿਹਾ ਸੀ ਪੰਜਾਬੀ ਅਲੋਚਨਾ ਦਾ ਘੇਰਾ ਜਿਹੜਾ ਉਹ ਵਸੀਹ ਹੋ ਰਿਹਾ ਸੀ ਤੇ ਅੱਜ ਤੱਕ ਜਿਹੜਾ ਕਿ ਚੱਲਿਆ ਆ ਰਿਹਾ ਏ ਤਾਂ ਨਾਲ ਦੀ ਨਾਲ ਅਸੀਂ ਇਸ ਨੂੰ ਸਹਿਯੋਗ ਕਰਦੇ ਰ ਰਤ ਦੇ ਤੌਰ ਤੇ ਵੀ ਪੜਾਂਗੇ ਮੈਂ ਤੁਹਾਨੂੰ ਵੀ ਤਕੀਦ ਕਰਾਂਗੀ ਕਿ ਤੁਸੀਂ ਸੰਤ ਸਿੰਘ ਸੇਖੋਂ ਰਾਂ ਦੀਆਂ ਕਿਰਤਾਂ ਜਿਹੜੀਆਂ ਕਿ ਸਾਨੂੰ ਐਵੇਂ ਪੰਜਾਬੀ ਚ ਲੱਗੀਆਂ ਹੋਈਆਂ ਉਹਨਾਂ ਨੂੰ ਜ਼ਰੂਰ ਪੜੋ ਇਹਨਾਂ ਦੀ ਕਹਾਣੀ ਹੈ ਮੜ ਵਿਧਵਾ ਜਿਹੜੀ ਕਿ ਬੀਏ ਦੇ ਵਿੱਚ ਲੱਗੀ ਹੋਈ ਹੈ ਉਸ ਨੂੰ ਜ਼ਰੂਰ ਪੜੋ ਉੱਥੇ ਪਤਾ ਲੱਗੂਗਾ ਕਿ ਸੰਤ ਸਿੰਘ ਸੇਖੋਂ ਸਿਰਫ ਮੂਹ ਪੱਟ ਆਲੋਚਕ ਨਹੀਂ ਬਲਕਿ ਸੂਖਮ ਭਾਵਨਾਵਾਂ ਨੂੰ ਪਕੜਨ ਵਾਲੇ ਬਹੁਤ ਸੂਖਮ ਭਾਵੀ ਕਲਾਕਾਰ ਸਾਹਿਤਕਾਰ ਸੀਗੇ ਤਾਂ ਸੰਤ ਸਿੰਘ ਸੇਖੋਹਰਾਂ ਬਾਰੇ ਮੈਂ ਆਸ ਕਰਦੀਆਂ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਨਵਾਂ ਪਤਾ ਲੱਗਿਆ ਹੋਊਗਾ ਬਹੁਤ ਕੁਝ ਔਖਾ ਵੀ ਲੱਗਿਆ ਹੋਊਗਾ ਤੇ ਤੁਸੀਂ ਇਸ ਨੂੰ ਦੁਬਾਰਾ ਵੇਖੋਗੇ ਤੁਹਾਨੂੰ ਜ਼ਰੂਰ ਸਮਝ ਆ ਜਾਊਗੀ ਤੁਸੀਂ ਇਸ ਦੇ ਨੋਟਸ ਜ਼ਰੂਰ ਲਓ ਸੰਤ ਸਿੰਘ ਸੇਖੋਹਰਾਂ ਨੂੰ ਪੜੋ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਰਹੋ ਤੇ ਪੰਜਾਬੀ ਕੋਚਿੰਗ ਚੈਨਲ ਦੇ ਨਾਲ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ